ਇੱਕ ਜਿਹੜੀ ਖਬਰ ਹੈ ਹਰਜੋਤ ਸਿੰਘ ਜੀ, ਰਮਨ ਜੀ, ਆਪਾਂ ਨਾ ਕਰਦੇ ਜਾਈਏ, ਤਕਰੀਬਨ 2.5 ਲੱਖ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹਨਾਂ ਨੂੰ ਡਾਊਨਗ੍ਰੇਡ ਕੀਤਾ ਜਾਣਾ ਆ ਡਰੱਗ ਅਲਕੋਹਲ ਵਾਇਲੇਸ਼ਨਸ ਦੇ ਲਈ। ਸੋ ਇਹ ਜਿਹੜੀ ਐਫ ਐਮ ਸੀ ਐਸ ਦੇ ਜਿਹੜਾ ਆਪਾਂ ਡਰੱਗ ਐਂਡ ਕਲੀਅਰਿੰਗ ਹਾਊਸ ਦੀ ਉਹ ਗੱਲ ਕਰ ਰਹੇ ਹਾਂ, ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ 1,78,000 ਤੋਂ ਵੱਧ ਜਿਹੜੇ ਟਰੱਕ ਡਰਾਈਵਰਸ ਆ ਜੋ ਅਤੇ ਹੋਰ ਜਿਹੜੇ ਸੀ ਡੀ ਐਲ ਹੋਲਡਰਸ ਆ ਜੇ ਉਹ ਪ੍ਰੋਹਿਬਿਟਿਡ ਸਟੇਟਸ ਦੇ ਵਿੱਚ ਜਿਹੜੇ ਉਹ ਹੁਣ ਆ ਜਾਣਗੇ। ਸੋ ਕਹਿੰਦੇ ਵੀ ਕਲੀਅਰਿੰਗ ਹਾਊਸ 2 ਜਾਂ ਫੇਜ਼ 2 ਦੇ ਵਿੱਚ ਜਿਹੜਾ ਇਹਨਾਂ ਨੇ ਲਾਂਚ ਕੀਤਾ ਸੀਗਾ 2020 ਤੋਂ ਬਾਅਦ ਦੇ ਵਿੱਚ ਇਹ ਮੂਵ ਹੁਣ ਇਹ ਸਾਹਮਣੇ ਆਇਆ ਸੀ। ਬਹੁਤ ਸਾਰੇ ਲੋਕ ਜੋ ਇਸ ਨੂੰ ਸੀਰੀਅਸਲੀ ਨਹੀਂ ਸੀ ਲੈ ਰਹੇ, ਆਈ ਥਿੰਕ ਜਦੋਂ ਉਹਨਾਂ ਦੇ ਹੁਣ ਸੀ ਡੀ ਐਲ ਪ੍ਰੋਹਿਬਿਟ ਹੋਣਗੇ ਜਾਂ ਉਹਨਾਂ ਦੇ ਡਾਊਨਗ੍ਰੇਡ ਹੋਣਗੇ ਤਾਂ ਫਿਰ ਉਹਨਾਂ ਨੂੰ ਟਰੱਕ ਚਲਾਉਣ 'ਚ ਜਦੋਂ ਦਿੱਕਤ ਆਈ ਤਾਂ ਫਿਰ ਆਈ ਥਿੰਕ ਥੋੜ੍ਹਾ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਰਮਨ ਜੀ ਬਿਲਕੁਲ, ਰਾਜਕਰਨ, ਜਿਹੜਾ ਇਹ ਟਾਈਮ ਹੈਗਾ ਆ ਬੜਾ ਇੰਪੋਰਟੈਂਟ ਹੈਗਾ। ਜਿਹੜਾ 177,000 ਦੇ ਕਰੀਬ ਜਿਹੜੇ ਡਰਾਈਵਰਸ ਹੈਗੇ ਆ ਉਹ ਡਰਾਈਵਰਸ ਹੈਗੇ ਆ ਜਿਹੜੇ ਪੋਜ਼ਿਟਿਵ ਆਏ ਹੋਏ ਆ ਲੇਕਿਨ ਉਹਨਾਂ ਨੇ ਸੈਪ ਨੂੰ ਰਿਪੋਰਟ ਨਹੀਂ ਕੀਤਾ ਹੈਗਾ। ਸੋ ਜਿਹੜੇ ਪੋਜ਼ਿਟਿਵ ਆਏ ਹੋਏ ਆ ਲੇਕਿਨ ਸੈਪ ਨੂੰ ਰਿਪੋਰਟ ਨਹੀਂ ਕੀਤਾ ਹੈਗਾ, ਜੇ ਤੁਸੀਂ ਸੈਪ ਨੂੰ ਰਿਪੋਰਟ ਨਹੀਂ ਕਰਦੇ ਹੈਗੇ ਤਾਂ 60 ਡੇਜ਼ ਬਾਅਦ ਤੁਹਾਡਾ ਜਿਹੜਾ ਲਾਇਸੈਂਸ ਹੈ ਕਿਸੇ ਵੀ ਸਟੇਟ 'ਚ ਹੈਗੇ ਆ ਉਹ ਤੁਹਾਡਾ ਜਿਹੜਾ ਲਾਇਸੈਂਸ ਡਾਊਨਗ੍ਰੇਡ ਹੋ ਕੇ ਕਲਾਸ ਸੀ ਲਾਇਸੈਂਸ ਤੇ ਚਲਾ ਜਾਣਾ। ਉਸ ਤੋਂ ਬਾਅਦ ਕਈ ਮੈਨੂੰ ਕੁਐਸਚਨਸ ਇਹ ਵੀ ਆਏ ਹੈਗੇ ਆ ਕਿ ਉਹ ਲਾਇਸੈਂਸ ਜਿਹੜਾ ਆ ਮੁੜ ਕੇ ਆਟੋਮੈਟਿਕਲੀ ਕਲਾਸ ਏ ਹੋ ਸਕਦਾ। ਯੈਸ, ਉਹ ਹੋ ਸਕਦਾ ਆ ਜਦੋਂ ਤੁਸੀਂ ਸੈਪ ਦੇ ਪ੍ਰੋਗਰਾਮ 'ਚ ਜੁਆਇਨ ਕਰਕੇ ਤੇ DMV ਨੂੰ ਉਹਦਾ ਪ੍ਰੂਫ ਦੇ ਦਿਓਗੇ। DMV ਤੁਹਾਡਾ ਲਾਇਸੈਂਸ ਜਿਹੜਾ ਜਦੋਂ ਤੁਸੀਂ ਸੈਪ ਦੇ ਪ੍ਰੋਗਰਾਮ ਚੱਲ ਰਹੇ ਹੈਗੇ ਆ ਤਾਂ ਉਹ ਰੀਇਨਸਟੇਟ ਕਰ ਸਕਦੇ ਹੈਗੇ ਆ। ਸੋ ਉਹਦੇ ਲਈ ਦੁਬਾਰਾ ਟੈਸਟ ਦੀ ਲੋੜ ਨਹੀਂ ਹੋਏਗੀ। ਅਜੇ ਤੱਕ ਇਹ ਕਲੀਅਰ ਨਹੀਂ ਹੈਗੀ ਗੱਲ, ਪਰ ਡੈਫੀਨੇਟਲੀ ਉਹਦੇ ਲਈ ਅਜੇ ਲੋੜ ਨਹੀਂ ਹੋਏਗੀ। ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਚੇਂਜਸ ਆਉਂਦੀਆਂ ਤੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਕਰਾਂਗੇ। ਜੀ, ਆਪਣੇ ਅਗਲੇ ਕਾਲਰ ਨੇ ਜੀ, ਹਰਵਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਭਰਾਵਾਂ ਨੂੰ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ, ਦੂਜੀ ਵਾਰੀ ਗੱਲ ਕਰ ਰਿਹਾ ਮੈਂ, ਪਹਿਲੇ ਦਿਨ ਟਰੰਪ ਦੀ ਇਲੈਕਸ਼ਨ ਸੀ ਉਦੋਂ ਗੱਲ ਕੀਤੀ, ਉਦੋਂ ਘਟਨਾ ਨਹੀਂ ਹੋਈ ਸੀਗੀ। ਤੇ ਜਿਹੜੇ ਭਾਜੀ ਢਿੱਲੋਂ ਸਾਹਿਬ ਦੱਸ ਰਹੇ, ਭਾਜੀ ਜਿਹਨਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਡਾਕਟਰ ਜਾਂ ਕੋਈ, ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਨਾ ਕੁਛ ਵੀ ਕਰਾਉਣ ਦਾ। ਜਦੋਂ ਮੇਰੇ ਕੋਲ 2000 ਲਾਇਸੈਂਸ ਆ CDL ਦਾ, ਭਾਈ 2001 ਦਾ ਲਾਇਸੈਂਸ ਆ, ਉਦਾਂ ਲਾਇਸੈਂਸ ਮੇਰੇ ਕੋਲ 87 ਦਾ ਅਮਰੀਕਾ ਦੇ ਵਿੱਚ। ਆਪਾਂ ਟਰੱਕ ਦੇ ਚਲਾ ਨਹੀਂ ਲੱਗੇ ਹਾਜੀ ਦਾ, ਪਰ ਹੁਣ 17 ਤੋਂ ਚਲਾ ਰਹੇ ਹਾਂ। ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਕਦੇ ਕੋਈ ਪ੍ਰੋਬਲਮ ਨਹੀਂ, ਨਾ ਕੋਈ ਤਾਂ ਪੁੱਟ ਸਿੱਧਾ ਕੰਮ ਕੀਤਾ, ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਨਾ। ਨਹੀਂ ਭਾਜੀ, ਮਤਲਬ ਉਹਦੇ ਚ ਤੁਸੀਂ, ਮਤਲਬ ਮੈਂ ਤੁਹਾਡੀ ਕੁਐਸਚਨ, ਜੇ ਤਾਂ ਤੁਸੀਂ ਕੋਈ ਸਿਚੁਏਸ਼ਨ ਹੈਗੀ ਹੈ ਤਾਂ ਹੀ ਆ, ਨਹੀਂ ਤਾਂ ਜੇ ਉਸ ਤਰ੍ਹਾਂ ਹੈਗਾ ਤੁਹਾਡਾ ਲਾਇਸੈਂਸ ਤਾਂ ਠੀਕ ਆ, ਤਾਂ ਆਈ ਡੋਂਟ ਥਿੰਕ ਸੋ ਕੋਈ ਇਸ਼ੂ ਹੈਗਾ। ਹਾਂਜੀ ਭਾਈ, ਮੈਂ ਆਪਣੀ ਆਪਣੀ ਕੰਪਨੀ ਭਾਜੀ ਰਨ ਕਰਦਾ ਹਾਂ। ਹੁਣ ਆਪਾਂ ਇੱਕ ਹੀ ਟਰੱਕ ਆਪਣੇ ਕੋਲ, ਵਾਹਿਗੁਰੂ ਦੀ ਕਿਰਪਾ ਨਾਲ ਤਾਂ ਲੋੜ ਆਪ ਹੀ ਚੱਕੀ ਦੀ ਕੋਸ਼ਿਸ਼ ਕਰਦੀ ਹੈ। ਉਹ ਜਿਹੜੇ ਇੰਜਨ ਤੋਂ ਡਿਸਪੈਚ ਲੈ ਕੇ ਕਰਦੇ ਕਰਦੇ ਹਾਂ ਸਿੱਧੇ ਉਹਨਾਂ ਦਾ ਕਰੰਟ ਚੈੱਕ ਚੁੱਕ ਕਰਕੇ, ਉਹ ਤਾਂ ਹਾਲੇ ਤੱਕ ਭਾਜੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਮੈਂ ਕਿਹਾ ਚਲੋ ਤੁਹਾਨੂੰ ਪੁੱਛ ਲੈਂਦੇ, ਇਨਫੋਰਮੇਸ਼ਨ ਲੈਣੀ ਚੰਗੀ ਹੁੰਦੀ ਆ। ਬਿਲਕੁਲ ਜੀ, ਜ਼ਰੂਰ, ਜੇ ਤੁਸੀਂ ਆਪਣੀ ਕੰਪਨੀ ਰਨ ਕਰਦੇ ਹੋ, ਖਾਸ ਕਰਕੇ ਛੋਟੀ ਕੰਪਨੀ ਆ, ਤਾਂ ਐਵਰੀ ਡੇ ਉੱਠ ਕੇ ਜਿੱਦਾਂ ਤੁਸੀਂ ਬਾਬੇ ਦਾ ਨਾਂ ਧਿਆਉਂਦੇ ਆ, ਜਿਹੜਾ ਵੀ ਗੁਰੂ ਮਹਾਰਾਜ ਨੂੰ ਮੰਨਦੇ ਆ, ਤੁਸੀਂ ਉਹਨੂੰ ਮੱਥਾ ਟੇਕਦੇ ਆ, ਇੱਕ ਵਾਰੀ ਸਵੇਰੇ ਉੱਠ ਕੇ ਸੇਫਰ ਦੇ ਉੱਤੇ ਆਪਣੇ ਅਕਾਊਂਟ ਜ਼ਰੂਰ ਚੈੱਕ ਕਰ ਲਿਆ ਕਰੋ, ਆਪਣੇ ਸਾਰੇ ਨੰਬਰ, ਆਪਣੀਆਂ ਈਮੇਲ ਐਡਰੈਸ, ਹਰ ਇੱਕ ਚੀਜ਼ ਜਿਹੜੀ ਚੈੱਕ ਕਰੋ, ਆਪਣੀ ਈਮੇਲ ਐਡਰੈਸ 'ਤੇ ਬਿਲਕੁਲ ਧਿਆਨ ਰੱਖੋ, ਕਿਉਂਕਿ ਤੁਹਾਨੂੰ ਈਮੇਲ ਜਿਹੜੀਆਂ ਆਉਂਦੀਆਂ ਹੈਗੀਆਂ ਜੋ ਲੋੜ ਤੁਹਾਡੇ ਨਾਂ 'ਤੇ ਚੱਕੇ ਜਾਂਦੇ ਆ। ਸੋ ਇਹੋ ਹੀ ਚੀਜ਼ ਜਿਹੜੀ ਆ ਇਹ ਬਹੁਤ ਜ਼ਰੂਰੀ ਆ। ਬਾਕੀ ਤੁਸੀਂ ਸਾਰੇ ਜਿਹੜੇ ਓਨਰ ਆਪਰੇਟਰਸ ਹੈਗੇ ਆ ਜਾਂ ਸਮਾਲ ਕੰਪਨੀ ਓਨਰਸ ਹੈਗੇ ਆ, ਉਹਨਾਂ ਦੇ ਵਿੱਚ ਅੱਜ ਕੱਲ੍ਹ ਦੇਖਣ ਨੂੰ ਆ ਰਿਹਾ ਕਿ ਮੋਸਟਲੀ ਸਾਰਿਆਂ ਦੀਆਂ ਡਰਾਈਵਰ ਫਾਈਲਸ ਜਿਹੜੀਆਂ ਉਹ ਬਣੀਆਂ ਨਹੀਂ ਹੋਈਆਂ, ਜੇ ਬਣੀਆਂ ਤਾਂ ਬਿਲਕੁਲ ਅਨਕੰਪਲੀਟ ਹੈਗੀਆਂ। ਉਹਨਾਂ ਚੀਜ਼ਾਂ ਦੇ ਉੱਤੇ ਵੀ ਬਿਲਕੁਲ ਧਿਆਨ ਦਿਓ ਤਾਂ ਕਿ ਤੁਸੀਂ ਜਦੋਂ ਕੱਲ੍ਹ ਨੂੰ ਕੋਈ ਵੀ ਸੇਫਟੀ ਆਡਿਟ ਆਉਂਦਾ ਹੈ ਉਹਦੇ ਵਿੱਚ ਫੇਲ ਨਾ ਹੋ ਸਕੋ।
ਬਿਲਕੁਲ ਸਹੀ ਗੱਲ ਭਾਈ ਤੁਹਾਨੂੰ ਆਲਵੇਜ਼ ਕੋਟਨ ਸਮੇਤ ਦਿੰਦੇ ਹਾਂ, ਇਹਦੀ ਪਿਛਲੇ ਵੀਕ ਮੇਰੇ ਨਾਲ ਹੋਇਆ, ਮੈਂ ਸ਼ਿਕਾਗੋ ਸੀ ਹੁਣ ਵੀ ਸ਼ਿਕਾਗੋ ਲੋਅਰ ਲਾਉਣਾ ਸੈਟ ਲੈਂਦੇ ਹਾਂ, ਇੱਕ ਬੰਦਾ ਮੈਨੂੰ $8,500 ਔਫਰ ਕਰੇ ਲੋਅਰ ਦਾ, ਜਿਹੜੇ ਕਦੋਂ ਮੇਰੇ ਤੋਂ ਪੁਰਾਣੇ ਕੰਮ ਕਰਦੇ, ਮੈਂ ਕਿਹਾ ਵੀ 85 ਲੋਅਰ ਨਹੀਂ, ਉਹਨੂੰ ਮੈਂ ਫੋਨ ਤੇ ਲੈ ਆਉਂਦਾ, ਉਹ ਕਹਿੰਦਾ ਏਦਾਂ ਕਰੋ ਸਾਨੂੰ 50% ਐਡਵਾਂਸ ਦਿਓ, ਕਹਿੰਦੇ ਜੀ 50 ਨਹੀਂ ਦਿੰਦੇ 25 ਦਿਆਂਗੇ, 25-35 ਦੇ ਕੰਮ ਆ ਗਿਆ ਵੀ ਲੋਡ ਚੱਕ ਕੇ ਟਰੱਕ ਉਦੋਂ ਤੋਰਨਾ ਜਦੋਂ ਸਾਨੂੰ ਤੁਸੀਂ ਇੰਨੇ ਪੈਸੇ ਦਿੱਤੇ, ਮੁੜ ਕੇ ਕਹਿੰਦਾ ਜੀ ਲੋਡ ਕੈਂਸਲ ਹੋ ਗਿਆ। ਮੈਂ ਕਿਹਾ ਤੁਸੀਂ ਮੇਰੀ ਇਨਫੋਰਮੇਸ਼ਨ ਲੈਣੀ ਸੀਗੀ ਲੋਡ ਚੈੱਕ, ਤੁਸੀਂ ਭਾਈ ਤੁਹਾਨੂੰ ਸਭ ਸ਼ੇਅਰ ਕਰਦੇ ਹੁੰਦੇ ਆ ਵੀ ਉਹ ਲੋਕ ਤੁਹਾਡੀ MC ਤੇ ਲੋਡ ਚੱਕਣਗੇ ਨਾ ਅੱਜ, ਫਿਰ ਹੁਣ ਬੰਦੇ ਦਾ ਮੈਨੂੰ ਫਿਰ ਮੈਸੇਜ ਆਇਆ ਲੋਡ ਚੱਕਣਾ, ਮੈਂ ਕਿਹਾ ਤੇਰਾ 85 ਵਾਲਾ ਲੋਡ ਕਿੱਥੇ ਗਿਆ ਹੈਗਾ ਦੁਬਾਰਾ, ਹੁਣ ਉਹਦਾ ਕੋਈ ਮੈਸੇਜ ਨਹੀਂ ਆਇਆ। ਲੋਕ ਭਾਈ ਫਰਾਡ ਸੁੱਤੇ, ਜਿੱਦਾਂ ਆਪਾਂ ਰੱਬ ਦਾ ਨਾਂ ਲੈਂਦੇ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਤੇ ਜਿੱਦਾਂ ਲੋਕ ਸੁੱਤੇ ਉੱਠ ਕੇ ਇਹੋ ਹੀ ਕੰਮ ਕਰਦੇ ਆ ਵੀ ਹੇਰਾ ਫੇਰੀ ਕਰਨੀ ਆ, ਕੁੜੀਆਂ ਘੱਟੋ ਘੱਟ 4-5 ਇੰਡੀਆ ਤੋਂ ਫੋਨ ਆਉਂਦੇ ਆ, ਪੰਜਾਬੀ ਕੁੜੀਆਂ ਪਾਕਿਸਤਾਨੀ ਬੰਦੇ, ਆਹ ਕਰ ਲਓ, ਮੈਂ ਉਹਨੂੰ ਕਹਿੰਦਾ ਰੱਬ ਦਾ ਨਾਂ ਲਓ, ਤੁਸੀਂ ਹੇਰਾ ਫੇਰੀ ਬੰਦ ਕਰੋ, ਕੋਈ ਚੰਗਾ ਕੰਮ ਕਰੋ ਜੀ, ਇਹ ਫਰਾਡ ਆ ਨਾ ਕਰੋ ਜੀ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ। ਭਾਜੀ ਇੱਕ ਤੁਸੀਂ ਯਕੀਨ ਕਰੋ ਰਾਜਗੜ, ਮੈਨੂੰ ਕਾਲ ਆ ਜਾਂਦੀ ਹੈ ਵੀ ਤੁਹਾਨੂੰ ਅਸੀਂ ਲੋਡ ਦਿੰਦੇ ਹਾਂ, ਤੁਹਾਨੂੰ ਅਸੀਂ ਆਹ ਕਰਦੇ ਹਾਂ, ਵੀ ਮੈਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਦੇਖਿਆ ਵੀ ਮੇਰੇ ਕੋਲ ਟਰੱਕ ਕਿੰਨੇ ਆ, ਕਿੰਨੇ ਟਰੱਕ ਆ ਤੁਹਾਡੇ ਕੋਲ, ਮੈਂ ਕਿਹਾ ਮੇਰੇ ਕੋਲ 50 ਟਰੱਕ ਆ, ਫਿਰ ਇੱਥੇ ਗੱਲਾਂ ਕਰਨ ਲੱਗ ਜਾਂਦੇ, ਮਤਲਬ ਕਿ ਲੋ ਮਤਲਬ ਹੈਰਾਨੀ ਹੁੰਦੀ ਆ ਵੀ ਜਿਹੜੀਆਂ ਕਾਲਸ ਆ ਰਹੀਆਂ ਹੈਗੀਆਂ ਉਹ ਇੰਨੇ ਕੁ ਮਤਲਬ ਕਿ ਬਿਲਕੁਲ ਹੀ ਵਿਦਆਊਟ ਇਨਫੋਰਮੇਸ਼ਨ ਨਹੀਂ ਕਰਨੀ ਹੈਗੀ। ਜਿੱਦਾਂ ਸਕੈਮਰ ਕਾਲ ਕਰਦੇ ਆ ਵੀ ਤੁਹਾਡੇ ਬੰਦੇ ਨੂੰ ਅਸੀਂ ਫੜ ਲਿਆ ਕਰ ਲਿਆ ਅੰਦਰ, ਹੁਣ ਪੈਸੇ ਦਿਓ ਤੇ ਫਿਰ ਅਸੀਂ ਛਡਾ ਦਾਂਗੇ, ਇਹ ਪਹਿਲੀ ਦੀ ਇਸ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਜਿਹੜਾ ਉਹ ਚੱਲਦਾ, ਸੋ ਸਕੈਮ ਹੀ ਜਿਹੜੇ ਉਹ ਚੱਲੀ ਜਾ ਰਹੇ ਆ, ਸੋ ਬਚ ਕੇ ਜਿਹੜਾ ਧਿਆਨ ਦੇਣਾ। ਥੈਂਕ ਯੂ ਇਹਨਾਂ ਦੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਹਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰਾ ਕੀ ਕੁਸ਼ਚਨ ਸੀ ਰਮਨ ਭਾਈ ਨੂੰ, ਭਾਈ ਐਕਚੁਲੀ ਲਾਇਸੈਂਸ ਹੈਗਾ ਏ ਕਲਾਸ, ਔਰ ਜਿੱਦਾਂ ਹਰ 2 ਸਾਲ ਬਾਅਦ ਮੈਡੀਕਲ ਚੈੱਕ ਹੁੰਦਾ, ਔਰ ਟਰੱਕ ਨਹੀਂ ਚਲਾ ਰਹੇ, ਤਾਂ ਉਹਨਾਂ ਨੂੰ ਕਰਾਉਣਾ ਜ਼ਰੂਰੀ ਆ ਕਿ ਨਹੀਂ? ਜੀ ਮੈਡੀਕਲ ਕਰਾਉਣਾ ਜ਼ਰੂਰੀ ਆ ਜੀ। ਅੱਛਾ ਜੀ, ਉਹ ਮਤਲਬ ਹੋਣਾ ਚਾਹੀਦਾ ਆਲ ਦਾ ਟਾਈਮ, ਮਤਲਬ ਜਿੱਦਾਂ ਹੋਣਾ ਚਾਹੀਦਾ। ਹਾਂ ਜੀ, ਉਹ ਤੁਸੀਂ ਅਪ ਟੂ ਡੇਟ ਰੱਖਣਾ ਆ, ਕਿਉਂਕਿ ਜਿਹੜਾ ਮੈਡੀਕਲ ਹੈਗਾ ਉਹ ਮੈਡੀਕਲ ਇਸ ਲਈ ਹੁੰਦਾ ਕਿ ਤੁਸੀਂ ਫਿੱਟ ਹੈਗੇ ਟਰੱਕ ਚਲਾਉਣ ਲਈ, ਆਲਦੋ ਤੁਸੀਂ ਟਰੱਕ ਨਹੀਂ ਚਲਾ ਰਹੇ ਪਰ ਲਾਇਸੈਂਸ ਜਿਹੜਾ ਉਹ ਹੈਗਾ ਬਰਕਰਾਰ ਰੱਖਣ ਦੇ ਲਈ ਉਹਨਾਂ ਦਾ ਜ਼ਰੂਰੀ ਹੈਗਾ। ਪਰ ਜਿਹੜਾ ਡਰੱਗ ਟੈਸਟ ਹੈਗਾ ਉਹ ਸਿਰਫ ਉਦੋਂ ਹੀ ਕਰਵਾਇਆ ਜਾਂਦਾ ਜਦੋਂ ਤੁਸੀਂ ਟਰੱਕ ਚਲਾਉਣਾ ਹੈਗਾ। ਤੇ ਮੈਨੂੰ ਹੁਣੇ ਟੈਕਸਟ ਆਇਆ ਹੈਗਾ ਆਪਣੇ ਮਿਸਟਰ ਔਲਖ ਹੋਣਾ ਦਾ ਕਿ ਜੇ ਤੁਸੀਂ ਜਿਹੜਾ ਫਿਊਲ ਕਾਰਡ ਦੀ ਥਾਂ ਤੇ ਆਪਣੀ ਐਪ ਯੂਜ ਕਰੋ ਡੀਜ਼ਲ ਪਾਉਣ ਲਈ ਤੇ ਉਹ ਬੈਟਰ ਹੈਗੀ, ਉੱਥੇ ਜਿਹੜੇ ਚਾਂਸਸ ਹੈਗੇ ਘੱਟ ਹੈਗੇ ਤੁਹਾਡਾ ਇਨਫੋਰਮੇਸ਼ਨ ਚੋਰੀ ਹੋਣ ਦੇ ਲਈ। ਥੈਂਕ ਯੂ ਔਲਖ ਭਾਜੀ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਭਾਈ, ਥੈਂਕ ਯੂ ਜੀ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ ਜੀ, ਸਤਿ ਸ਼੍ਰੀ ਅਕਾਲ ਭਾਜੀ। ਆ ਜਿਹੜੀ ਗੱਲ ਕਰਦੇ ਆ 1.5 ਲੱਖ ਲਾਇਸੈਂਸ ਕੈਂਸਲ ਹੋ ਜਾਣਾ ਭਾਜੀ, ਉਹ ਕਿਹਨਾਂ ਦਾ ਕੀ ਪ੍ਰੋਬਲਮ ਆ, ਉਹ ਸਾਨੂੰ ਸਮਝ ਨਹੀਂ ਗਈ ਆਈ ਜੀ। ਭਾਜੀ ਜਿਨ੍ਹਾਂ ਲੋਕਾਂ ਦੇ ਡਰੱਗ ਟੈਸਟ ਪੋਜ਼ਿਟਿਵ ਆਏ ਆ ਉਹਨਾਂ ਨੇ ਮੁੜ ਕੇ ਡਾਕਟਰ ਕੋਲ ਨਹੀਂ ਗਏ, ਉਹ ਡਾਕਟਰ ਦੇ ਨਾਲ ਉਹਨਾਂ ਨੇ ਆਪਣਾ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ, ਉਹਨਾਂ ਨੇ ਆਪਣੇ ਪੂਰਾ ਕੀਤਾ, ਉਹਨਾਂ ਨੇ ਉਹ ਸਾਰਾ ਰਿਟਰਨ ਟੂ ਡਿਊਟੀ ਸ਼ੁਰੂ ਨਹੀਂ ਕੀਤਾ। ਇਹ ਆਪਣੇ ਵੀ ਕਮਿਊਨਿਟੀ ਦੇ ਵਿੱਚ ਕਾਫੀ ਹੈਗੇ, ਅਸੀਂ ਕਾਫੀ ਜਣਿਆਂ ਨੂੰ ਦੇਖ ਰਹੇ ਹਾਂ ਜਿਹੜੇ ਹੁਣ ਆ ਰਹੇ ਆ ਕਿ ਸਾਡਾ ਸਾਡੇ ਕੋਲ ਹੁਣ ਕੱਲ ਵੀ ਆਪਣਾ ਭਰਾ ਆਇਆ ਹੈਗਾ, ਉਹ ਜਿਹੜਾ ਮਾਰਚ ਦਾ ਹੋਇਆ ਹੋਇਆ ਤੇ ਉਹ ਮੁੜ ਕੇ ਨਹੀਂ ਆਪਣਾ ਫਾਲੋ ਅਪ ਸ਼ੁਰੂ ਕਰ ਸਕਿਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਖਤਰੇ 'ਚ ਹੈਗੇ ਆ। ਸੋ ਜੇ ਅਗੇਨ ਤੁਸੀਂ ਪੋਜ਼ਿਟਿਵ ਆਏ ਹੈਗੇ ਆ, ਕੋਈ ਵੱਡੀ ਗੱਲ ਨਹੀਂ, ਕਈ ਵਾਰੀ ਕੋਈ ਦਵਾਈ ਦਾਰੂ ਇੰਡੀਆ ਤੋਂ ਲੈਂਦਾ ਹੁੰਦਾ ਤਾਂ ਵੀ ਪੋਜ਼ਿਟਿਵ ਆ ਜਾਂਦਾ, ਇਹ ਤੁਹਾਡਾ ਬਿਜ਼ਨਸ ਆ, ਇਹ ਤੁਹਾਡਾ ਕੰਮ ਆ, ਇਹ ਤੁਹਾਡੀ ਜੌਬ ਆ, ਇਹਨੂੰ ਬਚਾਉਣਾ ਤੁਹਾਡਾ ਫਰਜ਼ ਆ।
ਠੀਕ ਹੈ ਨਾ, ਸ਼ਰਮ ਵਾਲੀ ਕੋਈ ਗੱਲ ਨੀ। ਚਲੋ ਠੀਕ ਹੈ, ਜੇ ਪੋਜ਼ਿਟਿਵ ਹੋ ਗਿਆ ਹੋ ਗਿਆ, ਗਲਤੀ ਹੋ ਜਾਂਦੀ ਹੈ, ਗਲਤੀ ਨੂੰ ਸੁਧਾਰਨਾ, ਗਲਤੀ ਨੂੰ ਠੀਕ ਕਰਨ ਦਾ ਮੌਕਾ ਦਿੱਤਾ ਜਾਂਦਾ ਗਵਰਨਮੈਂਟ ਵੱਲੋਂ। ਸੋ ਇਸ ਕਰਕੇ ਜੇ ਤੁਹਾਡਾ ਪੋਜ਼ਿਟਿਵ ਆ ਗਿਆ ਹੈਗਾ, ਤੁਹਾਡੇ ਫੋਲੋ ਅਪ ਰਹਿੰਦੇ ਹੈਗੇ, ਤੁਸੀਂ ਸਾਹਿਬ ਕੋਲ ਗਏ ਆ ਨਹੀਂ ਗਏ ਆ, ਕੁਛ ਵੀ ਤੁਹਾਨੂੰ ਇਸ਼ੂ ਹੈਗਾ, ਤੁਸੀਂ ਮੈਨੂੰ ਕੰਟੈਕਟ ਕਰ ਲਓ, ਤੁਸੀਂ ਰੇਡੀਓ ਦੇ ਥਰੂ ਸਾਨੂੰ ਕੰਟੈਕਟ ਕਰ ਲਓ, ਜਾਂ ਸਾਨੂੰ ਟੈਕਸਟ ਕਰ ਦਿਓ ਮੈਨੂੰ, ਅਸੀਂ ਤੁਹਾਡੀ ਜਿਹੜੀ ਆ ਮੋਸਟ ਪ੍ਰੋਬੇਬਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਹੈਲਪ ਕਰਕੇ ਉਹ ਯੂ ਨੋ ਗੈਟ ਯੂ ਥਰੂ। ਅਗਲੇ ਕਾਲਰ ਨੇ ਗੁਰਜੀਤ ਕੌਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੀ ਟੀਮ ਨੂੰ। ਮੇਰਾ ਕੁਐਸਚਨ ਦਾ ਆਨਸਰ ਤਾਂ ਮਿਲ ਗਿਆ ਆਲਰੇਡੀ ਹੈ ਨਾ, ਮੈਡੀਕਲ ਵਾਸਤੇ ਮੈਂ ਵੀ ਪੁੱਛਣਾ ਸੀ, ਮੇਰੇ ਕੋਲ ਏ ਕਲਾਸ ਲਾਇਸੈਂਸ ਹੈ ਤੇ ਉਹਨੂੰ ਕੀਪ ਕਰਨ ਲਈ ਮੈਨੂੰ ਮੈਡੀਕਲ ਹਰੇਕ 2 ਸਾਲ ਵੱਲ ਲੱਗੇ, ਮੈਂ ਕਰਾਉਣੀ ਹੈ ਜਿੱਦਾਂ ਪਿਛਲੇ 15-16 ਸਾਲਾਂ ਤੋਂ, ਪਰ ਹੁਣ ਮੈਂ ਉਹ ਰੱਖਣਾ ਨੀ ਚਾਹੁੰਦੀ ਤੇ ਫਿਰ ਮੈਨੂੰ ਕੀ ਕਰਨਾ ਪਊਗਾ? ਮੈਨੂੰ ਲੱਗਦਾ ਵੀ ਮੈਂ 2 ਸਾਲ ਬਾਅਦ ਮੈਂ ਟਰੱਕ ਤੇ ਚਲਾਉਂਦੀ ਨੀ ਹੈ ਨਾ, ਤੁਸੀਂ ਲਾਇਸੈਂਸ ਵੀ ਨੀ ਰੱਖਣਾ ਚਾਹੁੰਦੇ ਹੁਣ? ਨਹੀਂ, ਹੁਣ ਮੈਂ ਏ ਕਲਾਸ ਰੱਖਣਾ ਨੀ ਚਾਹੁੰਦੀ ਹੈ ਨਾ, ਫਿਰ ਮੈਂ ਉਹਦੇ ਵਾਸਤੇ ਕੀ ਕਰਾਂ, ਮੈਨੂੰ ਕੀ ਕਰਨਾ ਪਊਗਾ? ਤੁਸੀਂ DMV ਜਾ ਕੇ ਉਹਨਾਂ ਦੇ ਕੋਲੋਂ ਲਾਇਸੈਂਸ ਜਿਹੜਾ ਡਾਊਨਗ੍ਰੇਡ ਕਰਾ ਸਕਦੇ ਆ। ਅੱਛਾ ਅੱਛਾ, ਠੀਕ ਹੈ, ਫਿਰ ਆਟੋਮੈਟਿਕਲੀ ਤੁਹਾਡਾ ਮੈਡੀਕਲ ਵਾਲਾ ਆਪਣੇ ਆਪ ਹੀ ਹਟ ਜਾਣਾ ਕੰਮ। ਅੱਛਾ ਜੀ, ਜਿੱਦਾਂ ਮੈਂ ਜੇ ਉਦਾਂ ਹੀ ਮੈਡੀਕਲ ਨਾ ਕਰਾਂ ਮੈਂ ਜਦੋਂ ਆਵਾਂ ਤਾਂ ਉਹ ਆਟੋਮੈਟਿਕਲੀ ਡੀਗ੍ਰੇਡ ਹੋ ਜਾਊਗਾ ਜਾਂ ਡੀਗ੍ਰੇਡ ਹੋ ਜਾਊਗਾ? ਨਹੀਂ, ਹੋ ਸਕਦਾ ਕਈ ਵਾਰੀ ਉਹ 2-3 ਸਾਲ ਉਦਾਂ ਹੀ ਚੱਲਦਾ ਰਹਿੰਦਾ ਤੇ ਤੁਹਾਡੀ ਜਿਹੜੀ ਰੈਗੂਲਰ ਕਾਰ ਦੀ ਇੰਸ਼ੋਰੈਂਸ ਹੈ ਉੱਤੇ ਇਫੈਕਟ ਪੈਂਦਾ ਹੈ। ਸੋ ਤੁਸੀਂ DMV ਜਾ ਕੇ ਇੱਕ ਵਾਰੀ ਕਲਾਸ ਸੀ ਆਪਣਾ ਲਾਇਸੈਂਸ ਕਰਕੇ ਆਪਣੀ ਜਿਹੜੀ ਕਾਰ ਇੰਸ਼ੋਰੈਂਸ ਹੈ ਉਹਨੂੰ ਅਪਡੇਟ ਕਰ ਦਿਓ ਤਾਂ ਕਿ ਤੁਹਾਡਾ ਜਿਹੜਾ ਇੰਸ਼ੋਰੈਂਸ ਦਾ ਰੇਟ ਹੈਗਾ ਉੱਤੇ ਫਰਕ ਨਾ ਪਵੇ। ਠੀਕ ਹੈ ਜੀ, ਓਕੇ, ਠੀਕ ਹੈ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਅਲਕੋਹਲ ਬਾਰੇ ਪੁੱਛ ਰਹੇ ਸੀਗੇ, ਜਿੱਥੇ ਤੱਕ ਮੇਰਾ ਖਿਆਲ ਆ ਉਹਨਾਂ ਨੇ ਇਹ ਸੀਗਾ ਵੀ ਮੈਨੂੰ ਕਰਾਉਣੀ ਪਊ ਕਿ ਨਹੀਂ ਉਹ ਰਜਿਸਟ੍ਰੇਸ਼ਨ? ਨਹੀਂ, ਉਹ 2 ਵੱਖੋ-ਵੱਖਰੇ ਜਾਣੇ ਸੀਗੇ। ਨਹੀਂ, ਜਿਹੜੇ ਭਾਜੀ ਪਹਿਲਾਂ ਆਏ ਸੀ ਜਿਹਨੇ ਕਿਹਾ $8,500 ਦਾ ਲੋਡ ਮਿਲਦਾ, ਉਹਨਾਂ ਨੇ ਪੁੱਛਿਆ ਸੀਗਾ ਵੀ ਮੈਂ ਇਕੱਲਾ ਹੀ ਚਲਾਉਣਾ ਟਰੱਕ ਤੇ ਮੈਨੂੰ, ਮੇਰਾ ਖਿਆਲ ਆ ਵੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ, ਜੇ ਉਹਨਾਂ ਨੇ ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀ ਤਾਂ ਉਹਨਾਂ ਨੂੰ ਕਰਾਉਣੀ ਪੈਣੀ ਆ, ਚਾਹੇ ਉਹ ਇਕੱਲੇ ਚਲਾਉਂਦੇ ਚਾਹੇ ਨਹੀਂ ਚਲਾਉਂਦੇ, ਵੀ ਉਹਨਾਂ ਦੀ ਇਨਫੋਰਮੇਸ਼ਨ ਲਈ ਮੈਂ ਤਾਂ ਕਾਲ ਕੀਤੀ ਇੱਕ ਕਿਸਮ। ਬਾਕੀ ਸਾਡੀ ਸਟੇਟ ਦੇ ਵਿੱਚ ਜਿਹੜੀ ਵਾਸ਼ਿੰਗਟਨ ਸਟੇਟ ਆ ਜੀ, ਇੱਥੇ ਜੇ ਤੁਸੀਂ ਨਹੀਂ ਕਰਾਉਂਦੇ ਰਜਿਸਟਰਡ ਆਪਣਾ ਮੈਡੀਕਲ ਕਾਰਡ ਨਹੀਂ ਲਿਜਾਂਦੇ ਤਾਂ ਡਾਊਨਗ੍ਰੇਡ ਕਰਕੇ ਤੁਹਾਡਾ ਇਕੱਲਾ ਸਟੇਟ ਦਾ ਰਹਿਣ ਦਿੰਦੇ ਆ, ਤੁਸੀਂ ਸਟੇਟ ਫਿਰ ਵੀ ਚਲਾ ਸਕਦੇ ਹੋ CDL ਨਾਲ, ਉਸ ਨਾਲ ਤਾਂ ਤੁਸੀਂ ਇੰਟਰ ਸਟੇਟ ਨਹੀਂ ਚਲਾ ਸਕਦੇ। ਕਰਿਓ ਜੀ ਪਤਾ ਕਨਫਰਮ ਕਰ ਦਿਓ ਕੀ ਕੈਲੀਫੋਰਨੀਆ ਵਿੱਚ ਤਾਂ ਇਦਾਂ ਨਹੀਂ। ਮੈਂ ਤਾਂ ਕਹੂੰਗਾ ਹੱਥ ਜੋੜ ਕੇ 2 ਸਾਲ ਬਾਅਦ ਮੈਡੀਕਲ ਕਰਾ ਹੀ ਲਓ, ਇੰਟਰਸਟੇਟ ਕਰਾਉਣਾ ਹੈ, ਇੰਟਰਸਟੇਟ ਕਰਾਉਣਾ ਹੈ, ਮਤਲਬ ਕਿ ਮੈਡੀਕਲ ਕਰਾ ਹੀ ਲਓ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਕਈ ਵਾਰੀ ਮੈਡੀਕਲ ਕਰਾਉਣ ਦੇ ਨਾਲ ਤੁਹਾਨੂੰ ਆਪਣੀਆਂ ਵੀ ਕਈ ਕੁਝ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ ਨੇ, ਤਾਂ ਠੰਗ ਨਹੀਂ ਹੋਇਆ, ਬੀਪੀ ਬੂਪੀ ਦੀ ਕੋਈ ਦਿੱਕਤ ਨਹੀਂ, ਸ਼ੂਗਰ ਦੀ ਤਾਂ ਨਹੀਂ, ਹਾਂ ਕੋਈ ਵੱਡੀ ਗੱਲ ਨਹੀਂ, ਚੰਗੀ ਗੱਲ ਨਹੀਂ। ਇਹ ਬਹੁਤ ਕਾਮਨ ਬਿਮਾਰੀਆਂ ਹੈ ਜਿਹੜੇ ਟਰੱਕਰਸ ਨੂੰ ਆ ਕੇ ਘੇਰ ਲੈਂਦੀਆਂ, ਕਿਉਂਕਿ ਬਹੁਤ ਜ਼ਿਆਦਾ ਸਿਟਿੰਗ ਆ, ਵਰਜਿਸ਼ ਵਗੈਰਾ ਜਿਹੜੀ ਉਹ ਘੱਟ ਜਾਂਦੀ ਆ, ਤੇ ਖਾਣ ਪੀਣ ਦਾ ਫਿਰ ਪਤਾ ਹੀ ਆ ਵੀ ਸਮੇਂ ਦਾ ਕੋਈ ਇੱਡਾ ਨਹੀਂ ਹੁੰਦੀ ਇਹ ਚੀਜ਼ਾਂ,
ਤੇ ਇੱਦਾਂ ਉੱਦਾਂ ਦੀਆਂ ਚੀਜ਼ਾਂ ਮਿਲਦੀਆਂ ਖਾਣ ਪੀਣ ਨੂੰ, ਸੋ ਉਹਦੇ ਨਾਲ ਫਰਕ ਪੈ ਜਾਂਦਾ, ਉੱਦਾਂ ਚਲੋ ਮੈਡੀਕਲ ਕਰਾ ਕੇ ਫਾਇਦਾ ਹੀ ਹੈ। ਵੈਸੇ ਵੀ ਆਮ ਵੀ ਸਾਰਿਆਂ ਨੂੰ ਸਲਾਨਾ ਕਹਿੰਦੇ ਵੀ ਕਰਾ ਲੈਣਾ ਚਾਹੀਦਾ ਆ, ਉੱਦਾਂ ਇਹ ਹਮੇਸ਼ਾ ਜਿਹੜੀ ਆ ਆਖਿਆ ਜਾਂਦਾ ਹੈ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਦੂਜੀ ਵਾਰ ਫਿਰ ਗੱਲ ਕੀਤੀ ਹੈ, ਪਹਿਲਾਂ ਗੱਲ ਕਰਦੇ ਭਾਜੀ ਹੁਣ ਜਿਹੜੇ ਦੱਸਦੇ ਨਾ, ਮੈਂ ਡਰੱਗ ਟੈਸਟ ਵਾਸਤੇ ਭਾਈ ਉਹ ਕਰਾਉਣਾ ਹੀ ਪੈਂਦਾ ਆ, ਜੇ ਤੁਹਾਨੂੰ ਸ਼ੂਗਰ ਆ ਫਿਰ ਐਵਰੀ ਈਅਰ ਕਰਾਉਣਾ ਪੈਂਦਾ, ਜੇ ਨਹੀਂ ਸ਼ੂਗਰ ਚਾਹੀਦਾ ਫਿਰ 2 ਸਾਲ ਕੱਢਦਾ ਆ। ਮੈਂ ਪਿਛਲੇ ਦਾ ਮੰਟਲ ਹੋਣ ਕਹਿੰਦੇ ਨਾ ਭਾਜੀ ਹੁਣੀ, ਉਹ ਜੇ ਡਰੱਗ ਟੈਸਟ ਜਿਹੜੇ ਲੋਕ ਡਰੱਗ ਖਾਂਦੇ ਆ ਵੀ ਉਹ ਕਹਿੰਦੇ ਆ ਕਿ ਸੈਪ ਪ੍ਰੋਗਰਾਮ, ਉਹਦੇ ਵਿੱਚ ਵੀ ਸਾਨੂੰ ਜਾਣ ਦੀ ਲੋੜ ਨੀ, ਜਦੋਂ ਅਸੀਂ ਖਾਂਦੇ ਨੀ, ਉਹ ਪੁੱਛਦਾ ਸੀ ਕੁਐਸਚਨ ਮੈਂ। ਜੇ ਤੁਸੀਂ ਪੋਜ਼ਿਟਿਵ ਨਹੀਂ ਆਏ ਹੋ ਤੇ ਡਰੱਗ ਕਲੀਅਰਿੰਗ ਹਾਊਸ ਦੇ ਵਿੱਚ ਤਾਂ ਫਿਰ ਨਹੀਂ ਲੋੜ ਜੀ। ਭਾਜੀ ਬਾਬੇ ਦੀ ਫੁੱਲ ਕਿਰਪਾ, ਹਾਲੇ ਕੱਲ ਦਾ ਪਤਾ ਕੋਈ ਨੀ। ਤੇ ਦੂਜਾ ਮੈਂ ਪੁੱਛਣਾ ਸੀਗਾ ਤੁਹਾਨੂੰ ਭਾਜੀ, ਇੱਕ ਕੱਲ ਐਕਸੀਡੈਂਟ ਹੋਇਆ ਐਸ਼ਰਨ ਹੈਲ ਦੇ ਟਰੱਕ ਟ੍ਰੇਲਰ, ਆਪਣਾ ਕੋ ਭਾਈ ਬਣ ਸੀ ਉਹਦਾ ਟੇਢਾ ਹੋ ਗਿਆ ਜਗਾੜ, ਠੀਕ ਹੈ, ਐਲੇ ਵਿੱਚ ਰਹਿੰਦਾ ਹੁਣ ਉਹ, ਉਹਦਾ ਟਰੱਕ ਟ੍ਰੇਲਰ ਉਹ ਲੈ ਗਿਆ ਚੱਕ ਕੇ, ਟ੍ਰੇਲਰ ਸਾਡਾ ਕੋ ਭਾਈ ਮਿੱਤਰ ਹੋਰ ਪ੍ਰਧਾਨ ਲਿਖਿਆ ਉਹਦੇ ਉੱਤੇ ਟ੍ਰੇਲਰ ਤੇ, ਹਨਾ, ਤੇ ਉਹ ਬਾਬਾ ਵੀਡੀਓ ਵੀ ਚੱਕ ਤੱਕ ਤੇ ਆ ਗਈ, ਟ੍ਰੇਲਰ ਲੀਜ਼ ਤੇ ਲਿਆਇਆ ਉਹਨੇ, ਲੋਡ ਉਹਨੇ 2 ਚੱਕ ਲਿਆ, ਉਹ ਰਮਨ ਢਿੱਲ ਉਹ ਭਾਈ ਹੁਣੀ ਆਲਵੇਜ ਕਹਿੰਦੇ ਹੁੰਦੇ ਵੀ ਵਧੀਆ ਕੰਮ ਕਰੋ, ਲੋਡ ਕਿਸੇ ਤੋਂ ਚੱਕੇ ਆ ਹਨਾ, ਬਰਾੜ ਕੰਪਨੀ ਹੈ BTL, ਉਹ ਤੋਂ 2 ਇੱਕ ਫੁੱਲ ਲੋਡ ਚੱਕ ਲਿਆ, ਇੱਕ ਪਾਰਸ਼ਲ ਲੋਡ ਚੱਕ ਲਿਆ, ਹੁਣ ਉਹਨਾਂ ਨੇ ਬਿੱਲ ਬਹੁਤ ਚੁੱਕਣਾ ਆ, ਉਹ ਤੁਹਾਡਾ ਕੀ ਸੁਜੈਸ਼ਨ ਹੈ, ਟਰੱਕ ਟ੍ਰੇਲਰ ਟਰੱਕ ਤੇ ਟੋਟਲ ਲਾਸ ਹੋ ਗਿਆ ਤੇ ਉਹ ਕਿੱਦਾਂ ਉੱਥੋਂ ਛੁਟਕਾਰਾ ਹੋਊਗਾ ਉਹਦਾ ਵਿਚਾਰੇ ਦਾ। ਦੇਖੋ ਜੀ, ਜੇ 2 ਲੋਡ ਚੱਕੇ ਹੈਗੇ ਆ, ਪਹਿਲਾਂ ਤਾਂ ਦੋਨੋਂ ਸ਼ਿਪਰ ਜਿਹੜੇ ਹੈਗੇ ਆ ਉਹ ਆਬਵੀਅਸਲੀ ਉਹਨਾਂ ਨੂੰ, ਜੇ ਉਹਨਾਂ ਨੇ ਇਕੱਲਾ ਸਿੰਗਲ ਲੋਡ ਦਿੱਤਾ ਹੈਗਾ ਤਾਂ ਦੂਜੇ ਸ਼ਿਪਰ ਨੇ ਆਬਵੀਅਸਲੀ ਪ੍ਰੋਬਲਮ ਕ੍ਰੀਏਟ ਕਰਨੀ ਹੈਗੀ ਆ, ਛੋਟੀ ਪ੍ਰੋਬਲਮ ਨਹੀਂ ਹੈਗੀ, ਵੱਡੀ ਪ੍ਰੋਬਲਮ ਹੈਗੀ ਆ। ਔਰ ਇੰਸ਼ੋਰੈਂਸ ਨੇ ਕਵਰੇਜ ਜਿਹੜੀ ਆ ਉਹ ਵੀ ਉਸੇ ਬੇਸਿਸ ਤੇ ਦੇਣੀ ਆ ਕਿ ਤੁਸੀਂ ਕੀ ਪਿੱਕ ਕੀਤਾ ਤੇ ਕਿੱਦਾਂ ਪਿੱਕ ਕੀਤਾ ਹੈ। ਸੋ ਇਹ ਹਮੇਸ਼ਾ ਆਪਾਂ ਕਹਿੰਦੇ ਹੁੰਦੇ ਹਾਂ ਵੀ ਜੇ ਤੁਹਾਨੂੰ ਪਾਰਸ਼ਲ ਲੋਡ ਹੈਗਾ, ਪਾਰਸ਼ਲ ਲੋਡ ਦੇ ਫੁੱਲ ਪੈਸੇ ਮਿਲੇ ਹੈਗੇ, ਤੁਹਾਨੂੰ ਲੈ ਜਾਓ ਉਹਨੂੰ ਪੂਰੇ ਦਾ ਪੂਰਾ ਉਦਾਂ ਹੀ ਡਿਲੀਵਰ ਕਰ ਦਿਓ। ਜੇ ਅਸੀਂ 2 ਲੋਡ, ਹੁਣ ਪ੍ਰੋਬਲਮ ਤਾਂ ਇੱਕ ਹੀ ਮਾਰਨੀ ਹੁੰਦੀ, ਹੁਣ 2 ਪ੍ਰੋਬਲਮਸ ਆ ਕਿਉਂਕਿ 2 ਸ਼ੇਪਰਸ ਆ ਤੇ ਦੋਨਾਂ ਨੂੰ ਜੇ ਪਤਾ ਨਹੀਂ ਗਾ ਕਿ ਇਹਨੇ ਉਹਦਾ ਚੱਕਿਆ ਉਹਨੇ ਉਹਦਾ ਚੱਕਿਆ, ਦੋਨਾਂ ਦਾ ਮਿਕਸ ਆ, ਤੇ ਆਬਵੀਅਸਲੀ ਜਿਹੜੀ ਇੰਸ਼ੋਰੈਂਸ ਆ ਉਹਨੇ ਕੋਈ ਨਾ ਕੋਈ ਜ਼ਿਆਦਾ ਵੱਡਾ ਪੰਗਾ ਹੀ ਖੜਾ ਹੋਣਾ, ਉਹਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੋਣੀ। ਦੂਸਰਾ ਭਾਜੀ, ਉਹ ਜਿੱਦਾਂ ਹੁਣ ਸ਼ਿਪ ਉਹ ਚੱਕ ਕੇ ਲੈ ਗਿਆ ਟ੍ਰੇਲਰ, ਜਦੋਂ ਡਿੱਗਾ ਆ ਉਦੋਂ ਪਾਟਾ ਨਹੀਂ ਹੈਗਾ, ਇੱਕ ਟਾਇਰ ਲੱਦੇ ਹੋਏ ਪੈਲਟਾਂ ਦੇ ਉੱਤੇ, ਇੱਕ ਮਗਰ ਯੂ ਬਾਕਸ ਆ ਹਨਾ। ਹੁਣ ਉਹ ਜਦੋਂ ਉਹਨਾਂ ਕੱਢਿਆ ਕੋਈ 1.5 ਘੰਟਾ ਆਈ ਫਾਈ ਬੰਦ ਰਿਹਾ, ਕੱਲ ਸ਼ਾਮ ਦੀ ਗੱਲ ਆ ਐਸ਼ਲੈਂਡ ਹੈਲ ਤੇ ਉਹ ਹੁਣ ਜਦੋਂ ਟ੍ਰੇਲਰ ਪਤਾ ਨਹੀਂ ਚੱਕਿਆ, ਉਹ ਟੁੱਟ ਗਿਆ ਕੀ ਚੱਕਿਆ, ਉਹਨਾਂ ਨੇ ਟ੍ਰੇਲਰ ਤੋਂ ਹੱਥ ਨਹੀਂ ਲਾਉਣ ਦੇਣਾ, ਉਹਨਾਂ ਕਿਹਾ ਵੀ ਭਾਈ ਪਹਿਲਾਂ ਸਾਡੇ ਪੈਸੇ ਪੇ ਕਰੋ ਇੰਸ਼ੋਰੈਂਸ, ਟਰੱਕ ਟ੍ਰੇਲਰ ਅਸੀਂ ਤਾਂ ਰਿਲੀਜ਼ ਕਰਾਂਗੇ ਨਾ, ਟਰੱਕ ਤੇ ਟੋਟਲ ਲਾਸ ਹੋ ਗਿਆ। ਹਾਂਜੀ ਜੀ, ਠੀਕ ਹੈ ਜੀ, ਇਹਦਾ ਕੋਈ ਟਾਈਮ ਹੀ ਦੱਸੂਗਾ ਕਿਉਂਕਿ ਆਪਾਂ ਨੂੰ ਵੀ ਡੋਂਟ ਨੋ ਵਟ ਦੇ ਆਰ ਗੋਇੰਗ ਟੂ ਡੂ, ਵੀ ਡੋਂਟ ਨੋ ਕਿ ਟ੍ਰੇਲਰ ਜਿਹਨੇ ਡੋ ਕੀਤਾ ਉਹਨਾਂ ਨੇ ਕੀ ਕਰਨਾ ਹੈਗਾ, ਵੀ ਡੋਂਟ ਨੋ ਇੰਜੋ, ਬਹੁਤ ਜਿਹੜੇ ਇਹ ਚ ਫੈਕਟਰ ਹੈਗੇ, ਜਿਹੜੇ ਮੂਵਿੰਗ ਫੈਕਟਰ ਹੈਗੇ ਜਿਹਦੇ ਚ ਕਿ ਆਪਾਂ ਕੋਈ ਉਹ ਅਸੈਸ ਨਹੀਂ ਕਰ ਸਕਦੇ ਉਹਨੂੰ ਵੀ ਉਹ ਕੀ ਹੋਊਗਾ ਜਾਂ ਕਿੱਦਾਂ ਹੋਊਗਾ। ਮੋਸਟਲੀ ਜਿਹੜੇ ਦੋਨੋਂ ਸ਼ਿਪਰ ਹੈਗੇ ਆ ਉਹਨਾਂ ਦਾ ਕਲੇਮ ਜਿਹੜਾ ਹੈਗਾ ਆ ਉਹ ਇੰਸ਼ੋਰੈਂਸ ਕੰਪਨੀ ਪਾਸ ਕਰਦੀ ਨਹੀਂ ਕਰਦੀ, ਡਿਪੈਂਡ ਆਨ ਦੈਟ। ਹਾਂਜੀ 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 ਭਾਜੀ, ਠੀਕ ਹੈ ਜੀ। ਯਾਨੀ ਕਿ ਮੇਰੇ ਪੁੱਛਣ ਦਾ ਭਾਵ ਇਹ ਸੀ ਕਿ ਭਾਈ ਸਾਹਿਬ ਸੀਗੇ ਸਾਡੇ ਕੈਲੀਫੋਰਨੀਆ ਦੇ ਮਿੱਤਰ, ਉਹਦਾ ਰੀਫਰ ਸੀਗਾ ਹਾਈਵੇ 80 ਦੇ ਟਰੱਕ ਟੋਟਲ ਲਾਸ ਹੋ ਗਿਆ ਰੀਫਰ, ਉਹਨਾਂ ਨੇ $50,000 ਤੋਂ ਉਹਦਾ ਬਣਾਤਾ, ਉਹਦਾ ਨਵਾਂ ਰੀਫਰ, ਉਹਨੂੰ $50,000 ਦੇਣਾ ਪਿਆ, ਉਹ ਕਹਿੰਦੇ ਤੂੰ ਚੱਕ ਹੀ ਨੀ ਸਕਦਾ ਸਾਨੂੰ ਪੈਸੇ ਇਹਨਾਂ ਦੇ। ਹਾਂਜੀ, ਇਹ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਹਾਂ ਨਾ, ਇੰਸ਼ੋਰੈਂਸ ਆਪਾਂ ਜਦੋਂ ਕਵਰੇਜ ਆਪਾਂ ਚੈੱਕ ਨਹੀਂ ਕਰਦੇ, ਸਿਰਫ ਇਹ ਕਹਿੰਦੇ ਵੀ ਕਵਰ ਕਰ ਦੋ ਟਰੱਕ, ਬਸ ਕਵਰੇਜ ਨਹੀਂ ਚੈੱਕ ਕਰਦੇ, ਲੇਕਿਨ ਕਵਰ ਕਰਦੇ ਆ ਟਰੱਕ ਨੂੰ, ਜਾਂ ਆਪਣੇ ਕਾਰਗੋ ਦੀ ਕਵਰੇਜ ਨਹੀਂ ਚੈੱਕ ਹੁੰਦੀ, ਟੋ ਦੀ ਕਵਰੇਜ ਨਹੀਂ ਚੈੱਕ ਹੁੰਦੀ। ਸੋ ਇਹ ਉਦੋਂ ਚੀਜ਼ਾਂ ਹੁੰਦੀਆਂ ਆ। ਹੁਣ ਨੋਰਮਲੀ ਜਿਹੜੇ ਟਰੱਕ ਇੰਸ਼ੋਰੈਂਸ ਹੁੰਦੀ ਆ 25,000 ਦੀ ਕਵਰੇਜ ਟੋ ਦੀ ਹੁੰਦੀ ਆ,
ਪਰ ਤੁਹਾਨੂੰ ਪਤਾ ਅੱਜ ਕੱਲ ਜਦੋਂ ਏਦਾਂ ਦਾ ਕੋਈ ਹਾਦਸਾ ਆਉਂਦਾ 25,000 ਦੇ ਵਿੱਚ ਕੋਈ ਵੀ ਟੋਹ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੀ ਇਹ ਸਾਰੀਆਂ ਸਿਚੁਏਸ਼ਨਾਂ ਨਾ ਜਦੋਂ ਇੰਸ਼ੋਰੈਂਸ ਲੈਣ ਲੱਗਿਆ ਤੁਹਾਨੂੰ ਚੈੱਕ ਕਰਨੀਆਂ ਚਾਹੀਦੀਆਂ। ਉਦੋਂ ਹਮੇਸ਼ਾ ਆਪਾਂ ਇਹੋ ਕਹਿੰਦੇ ਵੀ ਸਾਨੂੰ ਸਸਤੀ ਇੰਸ਼ੋਰੈਂਸ ਦਵਾ ਮਿਲ ਜਾਵੇ, ਕਿਤੇ ਨਾ ਕਿਤੇ ਸਸਤੀ ਉਹ ਸਸਤੀ ਇੰਸ਼ੋਰੈਂਸ ਸਿਰਫ ਇਹੋ ਹੁੰਦੀ, ਉਹ ਚ ਕਵਰੇਜ ਘੱਟ ਹੁੰਦੀ ਹੈ ਬਸ, ਦੈਟਸ ਇਟ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਅਭੀ ਜੀ, ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਤਾਂ ਹੁਣੇ ਨਾ ਆਪਣੇ ਭਾਈ ਸਾਹਿਬ ਕੋਈ ਗੱਲ ਕਰਕੇ ਗਏ ਸੀਗੇ, ਤਾਂ ਉਹਨਾਂ ਦਾ ਫਿਊਲ ਕਾਰਡ ਚੋਰੀ ਹੋ ਗਿਆ। ਮੇਰਾ ਦੋਸਤ ਸੀਗਾ, ਉਹਦਾ ਵੀ ਇੱਦਾਂ ਕਿਸੇ ਨੇ ਚੋਰੀ ਕਰਕੇ ਫਿਊਲ ਪਵਾ ਲਿਆ ਸੀਗਾ। ਉਹਦਾ ਫਿਰ ਉਹਨਾਂ ਨੇ ਪੈਸੇ ਰਿਟਰਨ ਕਰਤੇ, ਪਰ ਟਾਈਮ ਲੱਗਾ ਸੀਗਾ। ਪਰ ਉਹਨਾਂ ਨੂੰ ਪ੍ਰੋਪਰ ਚੈਨਲ ਦੇ ਥਰੂ ਕੰਪਨੀ ਨਾਲ ਗੱਲ ਕਰਕੇ ਨਾ ਵੀ ਦੱਸੋ ਵੀ ਇਹਦੇ, ਕਿਉਂਕਿ ਜਿਹੜਾ ਤੁਸੀਂ ਕਾਰਡ ਯੂਜ ਕਰਦੇ ਆ, ਵੈਸੇ ਜਿਹੜੀ ਕਾਰਡ ਹੀ ਰਿਸਪੋਂਸੀਬਿਲਟੀ ਹੁੰਦੀ ਆ, ਅੰਟਿਲ ਤੁਸੀਂ ਕਿਸੇ ਨੂੰ ਸ਼ੇਅਰ ਨਹੀਂ ਕੀਤਾ ਰਮਨ ਭਾਈ ਦੇ ਕਹਿਣ ਵਾਂਗੂ, ਉਹ ਡਿਫਰੈਂਟ ਸਟੋਰੀ ਹੋ ਜਾਂਦੀ ਆ। ਪਰ ਉੱਦਾਂ ਨਾਲ ਰਿਸਪੋਂਸੀਬਿਲਟੀ ਹੁੰਦੀ ਆ, ਸਿਕਿਉਰਟੀ ਉਹਨਾਂ ਨੂੰ ਅਪਲਾਈ ਕੀਤੀ ਹੁੰਦੀ, ਵਿੱਚ ਸਰਵਿਸ ਵਿੱਚੇ ਦਿੱਤੀ ਹੁੰਦੀ, ਪਰ ਕਾਰਡ ਜਿਹੜਾ ਮਿਸਯੂਜ਼ ਨਹੀਂ ਹੋ ਸਕਦਾ ਕਿਸੇ ਪਾਸੇ। ਅਗਰ ਉਹ ਬੰਦੇ ਨੇ ਯੂਜ਼ ਨਹੀਂ ਕੀਤਾ ਜਾਂ ਕਿਸੇ ਦੇ ਨਾਲ ਕਾਰਡ ਸ਼ੇਅਰ ਨਹੀਂ ਕੀਤਾ, ਫਿਰ ਉਹ ਕਹਿ ਕਰ ਸਕਦੇ ਆ ਵੀ ਹਾਂ ਵੀ ਤੁਸੀਂ ਉਹਨਾਂ ਨੂੰ ਕੰਪਨੀ ਨੂੰ ਕਿਹਾ ਕਿ ਪ੍ਰੋਪਰ ਉਹਨਾਂ ਦਾ ਹੁੰਦਾ ਪ੍ਰੋਸੀਜਰ, ਉਹਨਾਂ ਨਾਲ ਗੱਲ ਕਰਕੇ, ਤੇ ਉਹ ਤੁਹਾਨੂੰ ਟਾਈਮ ਲਾਉਣਗੇ। ਮੈਂ 2-3 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਵਾਰੀ, ਉਹ ਪੈਸੇ ਰਿਫੰਡ ਕਰ ਦਿੰਦੇ ਆ। ਠੀਕ ਆ ਜੀ। ਤੇ ਦੂਸਰੇ ਨੰਬਰ ਤੇ ਇਹ ਹੈਗਾ ਕਿ ਜਿੱਦਾਂ ਹੁਣ ਟਰੱਕ, ਕਈਆਂ ਕੋਲ ਤਾਂ ਸਿੰਗਲ ਟਰੱਕ ਹੈਗੇ ਜਾਂ ਕਾਰਡ ਅਪਲਾ ਦਿੱਤੇ ਹੋਏ ਇਕੱਲੇ ਇਕੱਲੇ ਬੰਦੇ ਨੂੰ, ਸਾਨੂੰ ਪਤਾ ਹੁੰਦਾ ਸਾਡੇ ਟਰੱਕ ਦੇ ਵਿੱਚ ਕਿੰਨਾ ਫਿਊਲ ਪੈਂਦਾ, 200 ਗੈਲਨ ਪੈਂਦਾ, ਕਿਸੇ 'ਚ 250, ਕਿਸੇ 300 ਗੈਲਨ ਤੱਕ ਵੀ ਹੁੰਦਾ ਕਪੈਸਿਟੀ ਹੁੰਦੀ, 150-150 ਗੈਲਨ ਦੇ ਟੈਂਕ ਹੁੰਦੇ ਆ। ਸੋ ਅਗਰ ਤੁਸੀਂ ਆਪਣੇ ਫਿਊਲ ਕਾਰਡ ਦੀ ਕੰਪਨੀ ਨੂੰ ਅਗਰ ਤੁਸੀਂ ਉਹ ਕਹੋ ਵੀ ਤੁਸੀਂ 24 ਘੰਟੇ ਦੇ ਵਿੱਚ ਟਾਈਮ ਦੇ ਵਿੱਚ ਇਸ ਜਿਹੜੀ ਲਿਮਿਟ ਹੈਗੀ ਆ ਆਪਣੀ ਸੈੱਟ ਕਰ ਦਿਓ, ਵੀ ਤੁਹਾਨੂੰ ਪਤਾ ਹੁੰਦਾ ਵੀ ਇੰਨਾ ਕੁ ਤੇਲ ਹੀ ਪਾਉਣਾ ਪੈਂਦਾ ਮੈਨੂੰ ਦਿਹਾੜੀ ਬਾਅਦ ਜਾਂ 2 ਦਿਨਾਂ ਬਾਅਦ ਕਿੰਨਾ ਪੈਂਦਾ ਆ। ਅਗਰ ਤੁਸੀਂ ਲਿਮਿਟ ਸੈੱਟ ਕਰ ਦਿੰਦੇ ਆ, ਤੁਹਾਡੀ ਥੋੜ੍ਹੀ ਸੇਫਟੀ ਹੋ ਜਾਂਦੀ ਹੈ, ਵੀ ਇਹ ਨਹੀਂ ਹੈਗਾ ਕੋਈ 10,000 ਦਾ ਤੇਲ ਪਾ ਗਿਆ, ਕੋਈ ਕਿੰਨਾ ਤੁਹਾਡੀ ਲਿਮਿਟ ਜੋ ਵੀ ਡਿਪੈਂਡ ਕਰਦਾ ਆ, ਉਹਨਾਂ ਫਿਰ ਤੁਹਾਡੀ ਸੇਫਟੀ ਜ਼ਿਆਦਾ ਹੋ ਜਾਂਦੀ ਹੈ ਵੀ ਉਹਨਾਂ ਤੇਲ ਚੋਰ ਜਿਹੜਾ 800 ਦਾ ਪਵਾ ਗਿਆ, ਮੈਨੂੰ ਲੱਗਦਾ ਟੈਕਸਸ ਦੇ ਵਿੱਚ ਤਾਂ ਕਾਫੀ ਤੇਲ ਬਣ ਜਾਂਦਾ, ਮੈਂ ਤੇਲ ਵੀ ਸਸਤਾ ਹੈਗਾ ਉੱਥੇ। ਇਸ ਕਰਕੇ ਥੋੜ੍ਹੀ ਇਹਦੇ ਨਾਲ ਫਿਰ ਸੇਫਟੀ ਕੀਤੀ ਜਾ ਸਕਦੀ ਹੈ ਆਪਣੇ, ਤੁਸੀਂ ਬਚਾਅ ਕਰ ਸਕਦੇ ਆ। ਜੇ ਚੋਰ ਚੋਰੀ ਤਾਂ ਕਰੂਗਾ, ਪਰ ਉਨੀ ਨਹੀਂ ਕਰ ਸਕਦਾ ਜਿੰਨੀ ਉਹ ਚਾਹੁੰਦਾ ਹੋਊਗਾ ਆਪਣੀ ਮਨ ਮਰਜ਼ੀ ਨਾਲ, ਵੀ ਉਹ ਤੁਹਾਨੂੰ ਲਿਮਿਟ ਕਰਕੇ ਤੁਹਾਡਾ ਬਚਾਅ ਹੋ ਜਾਂਦਾ। ਹਾਂਜੀ, ਤੁਸੀਂ ਵੀ ਤਾਂ ਮੈਨੂੰ ਕਿਹਾ ਲੱਗਦਾ, ਤੁਸੀਂ ਕਿਹਾ ਲਾਸਟ ਜਿਹੜੇ ਕਾਲ ਆਈ ਤਾਂ ਕਾਲ ਦੇ ਦੌਰਾਨ ਹੀ ਤੁਸੀਂ ਗੱਲ ਕਰਦੇ ਸੀਗੇ ਵੀ ਮੈਡੀਕਲ ਚੈੱਕਅਪ ਕਰਾਉਣਾ ਚਾਹੀਦਾ। ਮੈਂ ਇਸ ਗੱਲ ਦੇ ਬਹੁਤ ਹੱਕ ਦੇ ਵਿੱਚ ਹੈਗਾ, ਸਾਡੇ ਬਹੁਤ ਬੰਦਿਆਂ ਦੇ ਮੁੰਡੇ ਜੰਗ ਵੀ ਹੈਗੇ ਨਾ, ਮਤਲਬ ਅਸੀਂ ਕਰਦੇ ਕੰਮ ਦੇ, ਇਹ ਤਾਂ ਕੋਈ ਸ਼ੱਕ ਵਾਲੀ ਗੱਲ ਹੈ ਨੀ ਕਿ ਐਵੇਂ ਕੋਈ ਕੁਐਸਚਨ ਹੀ ਨਹੀਂ ਉੱਠਦਾ, ਕਹਿੰਦਾ ਵੀ ਸਾਡੇ ਬੰਦੇ ਮਿਹਨਤੀ ਨਹੀਂ ਹੈਗੇ, ਬਹੁਤ ਥੋਕ ਕੇ ਮਿਹਨਤੀ ਆ, ਦਿਨ ਰਾਤ ਕੰਮ ਕਰਦੇ ਆ। ਪਰ ਉਹ ਕਈ ਵਾਰ ਇਹ ਹੁੰਦਾ ਵੀ ਜਿਹੜਾ ਕੰਮ ਕਰਨਾ ਬਾਹਰੋਂ ਲੈ ਖਾ ਲੈਣਾ, ਬਾਹਰਲੇ ਫੂਡ ਖਾ ਖਾ ਕੇ ਨਾ ਸਾਡੇ ਅੰਦਰ ਸਿਰ ਬਿਮਾਰੀਆਂ ਦਾ ਘਰ ਹੀ ਆ ਸਾਰਾ, ਜਿੰਨਾ ਵੀ ਤਾਂ ਬਾਹਰਲਾ ਫੂਡ ਅਸੀਂ ਖਾਂਦੇ ਹਾਂ। ਸੋ ਆਪਣਾ ਟੈਸਟ ਸਾਲ ਬਾਅਦ ਹੁੰਦਾ ਰਹੇ ਤਾਂ ਬਹੁਤ ਵਧੀਆ ਚੀਜ਼ ਆ, ਨਹੀਂ ਤਾਂ ਫਿਰ ਬਿਮਾਰੀਆਂ ਲੱਗਦੀਆਂ, ਜਿੱਦਾਂ ਕਹਿੰਦਾ ਇੱਕ ਪਾਸੇ ਤੁਸੀਂ ਦੌੜ ਜਾਣੇ, ਦੂਜਾ ਪਾਸੇ ਅੱਗਾ ਦੌੜ ਪਿੱਛਾ ਚੋੜ ਵਾਲਾ ਸਾਥ ਹੋ ਜਾਂਦਾ, ਵੀ ਤੁਹਾਡੀ ਸਿਹਤ ਵੀ ਫਿਰ ਖਰਾਬ ਹੋ ਜਾਂਦੀ ਆ। ਟਾਈਮ ਦੇ ਨਾਲ ਆਪਣਾ ਚੈੱਕਅਪ ਕਰਾਉਂਦੇ ਰਹੋ, ਜੇ ਲੱਗਦਾ ਤੁਹਾਡੀ ਸਿਹਤ ਖਰਾਬ ਹੈ ਤਾਂ ਖਾਣਾ ਪੀਣਾ ਵੀ ਉੱਦਾਂ ਦਾ ਆਪਣਾ ਸੁਧਾਰ ਕੇ ਰੱਖੋ, ਤਾਂ ਕਿ ਤੁਸੀਂ ਹੈਲਦੀ ਰਹੋ, ਉਹਦੇ ਨਾਲ ਕੰਮ ਕਰੋ। ਬਾਕੀ ਮਿਹਰਬਾਨੀ ਜੀ, ਬਹੁਤ ਬਹੁਤ ਟਾਈਮ, ਥੈਂਕ ਯੂ ਸੋ ਮਚ ਜੀ। ਓਕੇ ਓਕੇ। ਰਾਜਕਰਨ, ਇੱਕ ਜਿਹੜੀ ਆਪਾਂ ਖਬਰ ਸਾਂਝੀ ਕਰਦੀ ਹੈ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ, ਇਲੈਕਟ ਪ੍ਰੈਜ਼ੀਡੈਂਟ ਟਰੰਪ ਹੈਗੇ, ਉਹਨਾਂ ਦੇ ਵੱਲੋਂ ਜਿਹੜੀ EPA ਦੀ ਪਿੱਕ ਹੈਗੀ ਆ, ਰਿਪ੍ਰੈਜ਼ੈਂਟੇਟਿਵ ਲੀ ਜ਼ੈਲਡਨ, ਰਿਪਬਲਿਕਨ ਨਿਊਯਾਰਕ, ਜਿਨ੍ਹਾਂ ਨੇ 2 ਸਾਲ ਪਹਿਲਾਂ ਮੇਅਰ ਦੀ ਰੇਸ ਚੋਂ ਨਹੀਂ ਸੀ ਜਿੱਤੇ, ਉਹਨਾਂ ਨੂੰ ਅਪੁਆਇੰਟ ਦਿੱਤੀ ਹੈ। ਜੇ ਉਹ ਉਹਨਾਂ ਦੀ ਕਨਫਰਮੇਸ਼ਨ ਹੋ ਜਾਂਦੀ ਸੈਨੇਟ ਵੱਲੋਂ, ਤੇ ਮਾਈਕਲ ਰੀਗਨ ਨੂੰ ਰਿਪਲੇਸ ਕਰਨਗੇ ਐਡਮਿਨਿਸਟਰੇਟਰ ਜਿਹੜੇ ਹੁਣ। ਸੋ ਇਹਨਾਂ ਦੇ ਆਉਣ ਦੇ ਨਾਲ ਕਾਫੀ ਜਿਹੜੀਆਂ ਟਰੰਪ ਜਿਹੜੀਆਂ ਪਾਲਿਸੀਜ਼ ਹੈਗੀਆਂ ਆ, ਡੀਰੈਗੂਲੇਸ਼ਨਸ ਆਉਣਗੀਆਂ, ਮਤਲਬ ਰੈਗੂਲੇਸ਼ਨ ਹਟਾਈਆਂ ਜਾ ਸਕਦੀਆਂ ਇਹਨਾਂ ਦੇ, ਹੋ ਸਕਦੀਆਂ ਕਿ ਕਾਫੀ ਜਿਹੜੀਆਂ ਰੈਗੂਲੇਸ਼ਨਸ ਆ ਉਹ ਯੂ ਨੋ ਉਹਨਾਂ ਨੂੰ ਰਿਵਰਸ ਕਰ ਦਿੱਤਾ ਜਾਵੇ। ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਹੁਣ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੰਨੀਆਂ ਕੁ ਜਿਹੜੀਆਂ EPA ਦੀਆਂ ਜਿਹੜੀਆਂ ਸਖਤਾਈਆਂ ਆ
ਉਹ ਕਿੱਥੋਂ ਤੱਕ। ਅੱਛਾ ਰਮਨ ਜੀ, ਇੱਥੇ ਇੱਕ ਸਵਾਲ ਸਿੱਧਾ ਉੱਠ ਜਾਂਦਾ, ਉਹ ਈਪੀਏ ਫੈਡਰਲ ਲੈਵਲ ਦੇ ਉੱਤੇ, ਇੱਥੇ ਜਿਹੜਾ ਕਾਰਬ ਆ ਉਹ ਸਟੇਟ ਲੈਵਲ ਦੇ ਉੱਤੇ, ਕੀ ਕਾਰਬ ਦੀ ਫਿਰ ਵੀ ਲੱਤ ਉੱਤੇ ਰਹੂਗੀ? ਉਹਨਾਂ ਦੀ ਹੀ ਪਾਲਿਸੀ ਆਪਾਂ ਨੂੰ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ ਖਾਸ ਕਰਕੇ, ਉਹਨਾਂ ਨੂੰ ਫਿਰ ਉਹਨਾਂ ਦੀ ਹੀ ਮੰਨਣੀ ਪੈਣੀ? ਰਾਜਕਰਨ ਕਿਸੇ ਹੱਦ ਤੱਕ ਜਿਹੜੀ ਕੈਲੀਫੋਰਨੀਆ ਹੈਗੀ ਹੈ ਸਟਰੋਂਗਲੀ ਸੈਪਰੇਟ ਹੈਗੀ, ਇਹਨੂੰ ਪਹਿਲਾਂ ਹੀ ਸੈਪਰੇਟ ਕੀਤਾ ਗਿਆ ਹੈ ਕਿਉਂਕਿ ਇਹਨੂੰ ਜਿਹੜੀ ਕਾਰਬ ਹੈਗੀ ਆ ਉਹ ਸੈਪਰੇਟ ਹੈਗੀ ਆ, ਪਰ ਕਾਰਬ ਜਿਹੜੀ ਆ ਜਿਹੜੇ ਓਵਰਆਲ ਜਿਹੜੇ ਕਾਨੂੰਨ ਹੈਗੇ ਆ ਉਹ ਈਪੀਏ ਦੇ ਵੱਲੋਂ ਜਿਹੜੀ ਆ ਅਥਾਰਟੀ ਦਿੱਤੀ ਜਾਂਦੀ ਆ। ਪਰ ਹੁਣ ਉਹ ਹੀ ਦੇਖਣ ਵਾਲੀ ਗੱਲ ਹੋਊਗੀ ਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਆ ਕਾਰਬ ਨੂੰ ਅਥਾਰਟੀ ਲੈਣੀ ਪੈਂਦੀ ਆ ਈਪੀਏ ਤੋਂ, ਔਰ ਕਈ ਚੀਜ਼ਾਂ ਦੀ ਆਲਰੇਡੀ ਜਿਹੜੀ ਆ ਅਥਾਰਟੀ ਦਿੱਤੀ ਹੋਈ ਆ। ਸੋ ਇਸ ਕਰਕੇ ਬੜਾ ਮਤਲਬ ਕਿ ਇਹ ਕਹਿ ਲਓ ਵੀ ਹੋਣਾ ਆ ਕੰਮ ਕਿ ਜਿਹਦੇ ਵਿੱਚ ਦੇਖਣਾ ਕਿ ਕਿੰਨੀਆਂ ਕੁ ਜਿਹੜੀਆਂ ਚੀਜ਼ਾਂ ਆ ਉਹ ਰਿਵਰਸ ਹੋ ਸਕਦੀਆਂ ਐਜ਼ ਅ ਨੈਸ਼ਨਲ ਲੈਵਲ ਤੇ, ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਰਿਵਰਸ ਹੋ ਸਕਦੀਆਂ ਐਜ਼ ਅ ਕੈਲੀਫੋਰਨੀਆ ਲੈਵਲ ਤੇ। ਪਰ ਕੈਲੀਫੋਰਨੀਆ ਦੇ ਉੱਤੇ ਰਿਵਰਸ ਹੋਣੀ ਜਿਹੜੀ ਆ ਉਹ ਸ਼ਾਇਦ ਮੁਸ਼ਕਿਲ ਲੱਗਦੀ ਆ। ਹੋ ਸਕਦਾ ਹੈ ਜਿਹੜੀ ਇੱਕ ਆਪਾਂ ਪਿਛਲੇ ਆਲਮੋਸਟ 3-4 ਸਾਲ ਤੋਂ ਗੱਲ ਚੱਲਦੀ ਆ ਰਹੀ ਆ ਜਿਹੜੀ ਲੇਬਰ ਡਿਪਾਰਟਮੈਂਟ ਦੇ ਵਿੱਚ ਸੀਗੀ ਕਿ ਜਿਹੜਾ AB5 ਵਰਗਾ ਲੁੱਕ ਲਾਇਕ ਜਿਹੜਾ ਆ ਉਹ ਫੈਡਰਲ ਲੈਵਲ ਤੇ ਲੇਬਰ ਡਿਪਾਰਟਮੈਂਟ ਦੇ ਵਿੱਚ ਲਿਆਂਦਾ ਜਾ ਰਿਹਾ। ਸੋ ਹੋ ਸਕਦਾ ਕਿ ਜੇ ਉਹ ਵਾਲੀ ਚੀਜ਼ ਜਿਹੜੀ ਫੈਡਰਲ ਲੈਵਲ ਤੇ ਲਾਗੂ ਹੋਣ ਨਾ ਹੋ ਸਕੇ। ਜੀ, ਇੱਕ ਲਾਸਟ ਕਾਲ ਲੈਣੇ ਆ ਫਿਰ ਆਪਣੀ ਸਮਾਪਤੀ ਹੈ ਜੀ। ਗੁਰਪਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ। ਸਭ ਤੋਂ ਪਹਿਲਾਂ ਜੀ, ਸੋ ਮੇਰਾ ਕੁਐਸਚਨ ਸੀਗਾ ਇਹ ਕਿ ਜਿੱਦਾਂ ਤੁਸੀਂ 20 ਸਾਲ ਤੋਂ ਕਿਸੇ ਕੰਪਨੀ ਨਾਲ ਲੀਜ਼ ਕਰਕੇ ਟਰੱਕ ਚਲਾਉਂਦੇ ਆ ਤੇ ਲਾਸਟ 2 ਈਅਰ ਵਿੱਚ ਜਿੱਦਾਂ ਇਹਨਾਂ ਨੇ ਹਰ ਇੱਕ ਨੂੰ ਡਿਊਟੀ ਲੈਣੀ ਪਈ ਸੀ, ਹਰ ਬੰਦੇ ਨੂੰ ਜਿਹੜਾ ਵੀ ਟਰੱਕਾਂ ਦਾ ਕੰਮ ਕਰਦਾ ਹੈਗਾ ਆ, ਸੋ ਉਹਨੂੰ ਤੁਸੀਂ ਅਪਡੇਟ ਨਹੀਂ ਕਰਾਇਆ, ਉੱਤੇ ਤੁਸੀਂ ਆਪਣੀ ਇੰਸ਼ੋਰੈਂਸ ਨਹੀਂ ਕਰਾਈ, ਉਹ ਹੈਗੀ ਕੰਪਨੀ ਦੀ ਇੰਸ਼ੋਰੈਂਸ ਚੱਲਦੀ ਆ ਗਰੁੱਪ, ਤੇ ਉਹਦੇ ਵਾਸਤੇ ਆਪਣੀ ਕੀ ਰਿਕੁਆਇਰਮੈਂਟਸ ਆ, ਸਾਨੂੰ ਸਟੈਲੇ ਬੈਨੀਅਲ ਰਿਪੋਰਟਾਂ ਜਿਹੜੀਆਂ ਜਾਂ ਇਹ ਇੰਡੀਵਿਜੁਅਲੀ ਦੇਣੀਆਂ ਪੈਣਗੀਆਂ ਜਾਂ ਉਹ ਕਿੱਦਾਂ ਹੈਗੀ ਆ, ਜਾਂ ਉਹ ਕੰਪਨੀ ਜਿਹਨਾਂ ਤੁਸੀਂ ਲੀਜ਼ ਕੀਤਾ ਆ ਟਰੱਕ ਉਹਦਾ ਤੁਹਾਡੇ ਉੱਤੇ ਸਾਈਨ ਲੱਗਾ ਆ ਟਰੱਕ 'ਤੇ, ਤੁਹਾਡਾ ਆਪਣੀ ਕੰਪਨੀ ਦਾ ਕੋਈ ਸਾਈਨ ਨਹੀਂ ਹੈਗਾ, ਤੇ ਉਹਦੇ ਵਾਸਤੇ ਕੀ ਰਿਸਪੋਂਸੀਬਿਲਿਟੀਜ਼ ਹੈਗੀਆਂ ਬੰਦਾ ਜਿਹੜਾ ਉਹ ਕੰਮ ਕਰਦਾ ਉਹਨਾਂ ਐਜ਼ ਏ ਔਨ ਆਪਰੇਟਰ? ਬਿਲਕੁਲ ਜੀ, ਇਹ ਜਿਹੜਾ ਮਾਡਲ ਹੈਗਾ ਟੋਟਲੀ ਫੇਲ ਹੈਗਾ ਆ ਇਸ ਵੇਲੇ ਹਾਲ ਦੀ ਘੜੀ ਦੇ ਵਿੱਚ, ਇਹ ਟੋਟਲੀ ਮਾਡਲ ਫੇਲ ਹੈਗਾ। ਇਹਦੇ ਵਿੱਚ ਜਿਹੜੀ ਕੰਪਨੀ ਤੁਹਾਨੂੰ ਸਟਿੱਕਰ ਦੇ ਰਹੀ ਆ, ਜਿਹੜੀ ਕੰਪਨੀ ਤੁਹਾਨੂੰ ਡਾਇਰੈਕਟ ਕਰ ਰਹੀ ਆ, ਉਹਦੀ ਰਿਸਪੋਂਸੀਬਿਲਿਟੀ ਹੈਗੀ ਆ ਸਾਰਾ ਕੁਛ ਕਰਨ ਦੀ। ਈਵਨ ਤੁਹਾਡਾ ਡਰੱਗ ਐਂਡ ਅਲਕੋਹੋਲ ਦਾ ਜਿਹੜਾ ਹੈਗਾ ਆ ਰੈਂਡਮ ਹੈਗਾ ਉਹ ਵੀ ਉਹਨਾਂ ਦੇ ਕੋਲ ਹੋਊਗਾ। ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਸਪੋਂਸੀਬਿਲਿਟੀ ਹੋਊਗੀ ਕਰਨੀ, ਕਿਉਂਕਿ ਉਹਨਾਂ ਦੇ ਸਟਿੱਕਰ ਹੈਗੇ, ਉਹਨਾਂ ਦੇ ਤੁਸੀਂ ਨਿਰਦੇਸ਼ ਹੇਠ ਕੰਮ ਕਰਦੇ ਹੈਗੇ, ਉਹਨਾਂ ਦੀ ਗਾਈਡੈਂਸ ਦੇ ਹੇਠ ਕੰਮ ਕਰਦੇ ਹੈਗੇ, ਉਹਨਾਂ ਦੀ ਡਿਸਪੈਚ ਦੇ ਹੇਠ ਕੰਮ ਕਰਦੇ ਆ। ਸੋ ਮੋਸਟਲੀ ਇਹ ਜਿਹੜਾ ਮਾਡਲ ਹੈਗਾ ਇਹ ਯੂਜ਼ ਟਰਾਈ ਕੀਤੀ ਗਈ ਸੀ AB5 ਤੋਂ ਛੁਟਕਾਰਾ ਪਾਉਣ ਲਈ। ਤੁਹਾਨੂੰ ਪੇ ਐਜ਼ ਆ ਓਨਰ ਆਪਰੇਟਰ ਹੁੰਦਾ ਹੈ, ਲੇਕਿਨ ਤੁਸੀਂ ਕੰਮ ਐਜ਼ ਆ ਇੰਪਲੋਈ ਜਾਂ ਐਜ਼ ਆ ਲੀਜ਼ ਔਨ ਆਪਰੇਟਰ ਕਰਦੇ ਹੈਗੇ ਆ। ਸੋ ਇਸ ਕਰਕੇ ਜਿਹੜੀਆਂ ਇਹ ਰਿਸਪੋਂਸੀਬਿਲਿਟੀਜ਼ ਹੈਗੀਆਂ, ਕਈ ਕੰਪਨੀਆਂ ਜਿਹੜੀਆਂ ਆ ਉਹ ਰਿਸਪੋਂਸੀਬਿਲਟੀ ਆਪਣੇ ਗਲੇ ਤੋਂ ਲਾ ਕੇ ਤੁਹਾਡੇ ਗਲੇ 'ਚ ਪਾਉਣੀਆਂ ਚਾਹੁੰਦੀਆਂ, ਪਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੜੀਆਂ ਕੰਪਲੀਕੇਟਡ ਅਤੇ ਗ੍ਰੇ ਏਰੀਆ ਹੈਗਾ। ਜਿਹੜੇ ਤੁਸੀਂ ਚੀਜ਼ਾਂ ਦੱਸ ਰਹੇ ਹੋ ਉਹਦੇ ਅਕੋਰਡਿੰਗਲੀ ਕੰਪਨੀ ਦੀ ਰਿਸਪੋਂਸੀਬਿਲਿਟੀ ਬਣਦੀ ਆ ਉਹ ਸਾਰੀਆਂ ਚੀਜ਼ਾਂ ਕਵਰ ਕਰਨ ਦੀ, ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੀ। ਜੀ ਹਾਂਜੀ, ਇਹਦਾ ਮਤਲਬ ਫਿਰ ਇਹ ਕੰਪਨੀ ਦੀ ਰਿਸਪੋਂਸੀਬਿਲਿਟੀ ਹੈਗੀ ਆ, ਪਰ ਅਸੀਂ ਉਹਨਾਂ ਨਾਲ ਗੱਲ ਜਿਹੜੇ ਕਰਦੇ ਜਿਹੜਾ ਮਾਲਕ ਹੈਗਾ ਆ ਉਹ ਜਿੱਦਾਂ ਕੋਈ ਰਾਈਟ ਜਵਾਬ ਨਹੀਂ ਦਿੰਦਾ ਹੈਗਾ। ਸੋ ਇਸ ਕਰਕੇ ਸੋ ਵਰੀ ਸੀਗੀ ਥੋੜ੍ਹੀ ਬਹੁਤ ਕਿ ਜਿਹੜਾ ਹੁਣ ਆਪਣੇ ਗੂਗਲ ਉੱਤੇ ਕਈ ਕੁਛ ਆ ਰਿਹਾ ਆ ਤੁਹਾਡਾ ਇੱਦਾਂ, ਤੁਹਾਨੂੰ ਬੈਨੀਅਰ ਰਿਪੋਰਟ, ਕਈ ਹੋਰ ਜਿਹੜੀਆਂ ਆਪਣੇ ਆਹ ਕਲੀਨ ਹਾਊਸ ਵਾਲੀਆਂ ਹੈਗੇ ਉਹ ਤੁਹਾਨੂੰ ਮੈਸੇਜ ਕਰਦੇ ਆ।
ਸੋ ਉਹਨਾਂ ਬਾਰੇ ਫਿਰ ਵਰੀ ਕਰਨ ਦੀ ਸਾਨੂੰ ਕੋਈ ਖਾਸ ਲੋੜ ਨਹੀਂ ਜੇ ਅਸੀਂ ਕੰਪਨੀ ਨਾਲ ਯੂਜ਼ ਕੀਤਾ ਟਰੱਕ ਉਹਨਾਂ ਦਾ ਕੋਈ ਯੂਜ਼ ਕਰਦੇ ਨਹੀਂ ਜੀ, ਤੁਸੀਂ ਆਪਣੇ ਕੋਲੋਂ ਵੀ ਤੁਹਾਨੂੰ ਉਹਦੇ ਲਈ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਲਦ ਤੋਂ ਜਲਦ, ਇਸੇ ਕਰਕੇ ਤੁਹਾਨੂੰ ਕੰਪਨੀ ਦਾ ਓਨਰ ਕੋਈ ਕਲੀਅਰ ਜਵਾਬ ਨਹੀਂ ਦਿੰਦਾ ਕਿਉਂਕਿ ਇਹ ਫੇਲਡ ਮਾਡਲ ਹੈਗਾ, ਟੋਟਲੀ ਕੈਲੀਫੋਰਨੀਆ 'ਚ ਫੇਲ ਮਾਡਲ ਹੈਗਾ ਇਹ ਮਾਡਲ ਦੇ ਤਹਿਤ ਤੁਸੀਂ ਐਜ਼ ਆ ਓਨਰ ਆਪਰੇਟਰ ਕੰਮ ਤੁਹਾਡੇ ਕੋਲ ਕਰਵਾਇਆ ਜਾ ਰਿਹਾ, ਤੁਹਾਨੂੰ ਪੇ ਐਜ਼ ਆ ਓਨਰ ਆਪਰੇਟਰ ਕੀਤਾ ਜਾ ਰਿਹਾ, ਲੇਕਿਨ ਕੰਮ ਐਜ਼ ਆ ਇੰਪਲੋਈ ਕਰਵਾਇਆ ਜਾ ਰਿਹਾ। ਸੋ ਇਹ ਜਿਹੜੀ ਚੀਜ਼ ਆ ਇਹ ਟੋਟਲੀ ਫੇਲ ਹੈਗੀ ਆ, ਇਸੇ ਕਰਕੇ ਤੁਹਾਨੂੰ ਓਨਰ ਜਿਹੜਾ ਆ ਉਹ ਸਹੀ ਜਵਾਬ ਨਹੀਂ ਦੇ ਰਿਹਾ ਹੈਗਾ। ਬਟ ਯੂ ਆਰ ਨਾਓ ਰਿਸਪੋਂਸੀਬਲ ਟੂ ਫੋਰ ਯੂਅਰ ਐਕਸ਼ਨ ਜਿਹੜੇ ਤੁਹਾਡੇ ਹੈਗੇ ਆ, ਤੁਹਾਡੇ ਨਾਂ ਤੇ ਕੰਪਨੀ ਹੈਗੀ ਆ, ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਉਹ ਜ਼ਿੰਮੇਵਾਰੀ ਹੁਣ ਤੁਹਾਡੀ ਬਣਦੀ ਆ, ਲੇਕਿਨ ਐਜ਼ ਜਿਹੜਾ ਤੁਹਾਡਾ ਮਾਡਲ ਕੰਪਨੀ ਨੇ ਦਿੱਤਾ ਉਹਦੇ ਮਾਡਲ ਦੇ ਤਹਿਤ ਕੰਪਨੀ ਜ਼ਿੰਮੇਵਾਰੀ ਆ, ਪਰ ਤੁਹਾਡੀ ਵੀ ਰਿਸਪੋਂਸੀਬਿਲਟੀ ਨਾਲ ਹੁੰਦੀ ਹੈ। ਥੈਂਕ ਯੂ ਜੀ, ਕਿਉਂਕਿ ਅਸੀਂ ਹੁਣ ਜਿੱਦਾਂ ਕਾਫੀ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਹਾਂ, ਸੋ ਇਸ ਕਰਕੇ ਉਹਨੇ ਆਪਣੀ ਜਿੱਦਾਂ ਗਰੁੱਪ ਇੰਸ਼ੋਰੈਂਸ ਰੱਖੀ ਉਹ ਹੈਗੀ ਆ, ਆਪਣਾ ਹੀ ਉਹਦਾ ਨਾਂ ਚੱਲਦਾ ਆ, ਉਹਦਾ ਹੀ ਸਾਡੇ ਤੇ ਸਾਈਡ ਤੇ ਸਾਈਨ ਚੱਲਦਾ ਆ ਕੰਪਨੀ ਦਾ, ਉਹਦੇ ਡੀਓਟੀ ਨੰਬਰ ਤੇ ਅਸੀਂ ਕੰਮ ਕਰਦੇ ਆ, ਆਪਣੇ ਤੇ ਨਹੀਂ ਕਰਦੇ ਹੈਗੇ। ਭਾਜੀ AB5 ਦੇ ਵਿੱਚ ਆਪਾਂ ਸਿੰਪਲੀ ਸਮਝਾਇਆ ਸੀਗਾ, ਅਗਲੇ ਨੇ ਆਪਣੇ ਗਲੋਂ ਪ੍ਰੋਬਲਮ ਲਾ ਕੇ ਤੁਹਾਡੇ ਗੱਲ ਚ ਪਾ ਦਿੱਤੀ, ਦੈਟਸ ਇਟ। ਸੋ ਇਹ ਆ ਕਿ ਇਹ ਹੁਣ ਤੁਸੀਂ ਉਹਨੂੰ ਪ੍ਰੋਬਲਮ ਨੂੰ ਕਿੱਦਾਂ ਨਹੀਂ ਦੱਸਣਾ ਹੈਗਾ। ਅਸੀਂ ਇਹੋ ਚੀਜ਼ ਆਪਾਂ ਪਿਛਲੇ ਕਿੰਨੇ ਸਾਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ AB5 ਜਿਹੜਾ ਹੈਗਾ ਆ, AB5 ਦੇ ਤਹਿਤ ਤੁਸੀਂ ਜੇ ਐਜ਼ ਅ ਲੀਸ ਕਿਸੇ ਕੰਪਨੀ ਨਾਲ ਆ, ਤੁਸੀਂ ਉਹਦੇ ਇੰਪਲੋਈ ਹੈਗੇ ਆ, ਐਜ਼ AB5 ਲਾਅ ਦੇ ਮੁਤਾਬਕ ਤੁਸੀਂ ਇੰਪਲੋਈ ਹੈਗੇ ਆ, ਤੁਹਾਨੂੰ 2 ਚੈੱਕ ਪ੍ਰੋਗਰਾਮ ਦੇ ਵਿੱਚ ਚਾਹੀਦੇ ਆ। ਤੁਸੀਂ ਇੱਕ ਤੁਹਾਨੂੰ ਪੂਰਾ ਪੇਰੋਲ ਦਾ ਚੈੱਕ ਬਣਨਾ ਚਾਹੀਦਾ, ਇੱਕ ਤੁਹਾਡਾ ਇਕੁਇਪਮੈਂਟ ਲੀਸਿੰਗ ਦਾ ਚੈੱਕ ਤੁਹਾਨੂੰ ਮਿਲਣਾ ਚਾਹੀਦਾ। ਉਹ 2 ਚੈੱਕ ਪ੍ਰੋਗਰਾਮ ਦੇ ਤਹਿਤ ਜਿਹੜਾ ਆ ਕਈ ਕੰਪਨੀਆਂ ਨੇ ਉਸ ਮਾਡਲ ਨੂੰ ਅਪਲਾਈ ਕੀਤਾ ਆ, ਪਰ ਜਿਹੜਾ ਤੁਹਾਡਾ ਮਾਡਲ ਹੈਗਾ ਉਹ ਤਦੇ ਹੀ ਉਹ ਗ੍ਰੇ ਆ, ਉਹ ਨਾ ਇੱਧਰ ਆ ਨਾ ਉੱਧਰ ਆ, ਸੋ ਇਸ ਕਰਕੇ ਉਹਦੇ 'ਚ ਪ੍ਰੋਬਲਮ ਆ ਰਹੀ ਆ, ਕਿਉਂਕਿ ਤੁਸੀਂ ਉਹ ਜਿਹੜੀ ਕੰਪਨੀ ਆ ਤੁਹਾਨੂੰ ਕਲੈਰਿਟੀ ਨਹੀਂ ਕਰ ਰਹੀ ਹੈਗੀ ਜੀ। ਠੀਕ ਹੈ ਗੁਰਪਾਲ ਜੀ, ਥੈਂਕ ਯੂ, ਮਿਹਰਬਾਨੀ, ਹਾਂਜੀ ਹਾਂਜੀ, ਥੈਂਕ ਯੂ ਭਾਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ।